ਇਹ ਕਹਾਣੀ ਉਹਨਾਂ ਸੱਚੀਆਂ ਘਟਨਾਵਾਂ ਦੀ ਹੈ ਜਿਨ੍ਹਾਂ ਨੂੰ ਜੰਮ ਕੇ ਸਮਾਜ ਮੁੱਕਰ ਗਿਆ। ਪੁੱਤ ਬੰਦ ਕਰ ਦੇ ਕਹਿਣੂ, ਹੁਣ ਆਉਂਦਾ ਤਾਂ ਹੈ ਨੀ ਕੁਛ ਇਹਦੇ ਤੇ, ਨਾਲ ਤੇਰੇ ਡੈਡੀ ਆਉਣ ਵਾਲੇ ਆ, ਫਿਰ ਉਹ ਗੁੱਸੇ ਹੋਣਗੇ। ਬਹੁਤ ਤੰਗ ਕਰਦਾ ਪੁੱਤ ਆਪਦੀ ਮੰਮਾ ਨੂੰ ਤੂੰ। ਮੈਂ ਤੇਰੇ ਡੈਡੀ ਦੀ ਹਾਲੇ ਰੋਟੀ ਵੀ ਪਕਾਉਣੀ ਹੈ, ਸੌ ਜਾ ਮੇਰੀ ਖੰਡ। ਬਾਰ ਖੁੱਲਾ ਛੱਡਿਆ, ਰੋਟੀ ਬਣਾਵਾ ਜੀ। ਰੋਟੀ ਨੂੰ ਬਣਾਇਆ ਤੂੰ ਮੁਰਗਾ। ਮੈਨੂੰ ਇੰਨੇ ਸਾਲ ਹੋ ਗਏ ਜੋਰੇ ਦੇ ਨਾਲ ਰਹਿੰਦੇ ਆ, ਪਰ ਅੱਜ ਤਾਈਂ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਰਾਤ ਨੂੰ ਨੀਂਦ 'ਚ ਇਹੋ ਜਿਹਾ ਕੀ ਦੇਖਦਾ ਜਿਹੜਾ ਐਂ ਪ੍ਰਭ ਕੇ ਉੱਠਦਾ। ਮੈਂ ਤਾਂ ਬਸ ਇਹਦੇ ਮੱਥੇ ਦੀਆਂ ਤਰੇਲੀਆਂ ਅਤੇ ਬਿਸਤਰੇ ਦੇ ਵੱਟ ਦੇਖ ਕੇ ਇਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਜ਼ਰੂਰ ਹੀ ਕੋਈ ਡਰਾਉਣਾ ਸੁਪਨਾ ਦੇਖਦਾ ਹੁੰਦਾ। ਬਾਈ ਜੀ, ਕੋਈ ਹੋਰ ਚੀਜ਼ ਚਾਹੀਦੀ ਹੈ ਜੀ? ਜਿਹੜੀ ਚੀਜ਼ ਇਸ ਵੇਲੇ ਚਾਹੀਦੀ ਹੈ ਨਾ ਮੱਲਾ, ਹਾਏ ਹੋਏ, ਉਹ ਤੂੰ ਨਹੀਂ ਦੇ ਸਕਦਾ। ਮਾਮਾ, ਤੇਰਾ ਕੁੱਤਾ ਸਾਰਾ ਦਿਨ ਇੱਕੋ ਗੱਲ ਤੇ ਫਸੇ ਰਹਿੰਦਾ। ਓਏ, ਕੁੱਤਾ ਤਾਂ ਕੁੱਤਿਆਂ ਦਾ ਵੀ ਸਾਰਾ ਦਿਨ ਇੱਕੋ ਗੱਲ ਤੇ ਫਸਿਆ ਰਹਿੰਦਾ ਸਾਲਿਆ। ਗੱਜੇ ਪੈਕ ਬਣਾ। ਸਾਲਾ ਕਿੰਨਾ ਡਰਾਮੇ ਦਾ ਅੱਜ
ਬਾਈ ਕਹਿਦਾ ਮਰਦਿਆਂ ਕੋਲੀ ਔਰ ਰਹਿਣ ਦੇ ਕੰਜਰਾ ਪਰਦਾ ਪਟ ਜਾਣਾ ਠੀਕ ਹੈ ਬਾਈ ਤੂੰ ਕਹਿੰਦਾ ਤਾਂ ਰਹਿਣ ਦਿੰਦਾ ਨਹੀਂ ਆ ਤਾਂ ਗਿਆ ਸੀ ਅੱਜ ਚਾਤੀ ਜੇ ਰਾਤ ਨੂੰ ਕਾਲੀਆਂ ਅਣਕਾਂ ਲਾਈਏ ਨਾ ਤਾਂ ਭੂਤ ਦਿਖਦੇ ਆ ਤੈਨੂੰ ਨੀ ਦਿਖੇ ਅੰਦਰ ਕੌਣ ਕੌਣ ਆਵੇ ਵੇਖ ਜੇ ਸੱਚ ਦੱਸਦੇਗਾ ਨਾ ਤਾਂ ਬਾਹਲੇ ਪਿਆਰ ਨਾਲ ਮਾਰੂ ਸੌ ਵੱਡੇ ਮਹਾਰਾਜ ਦੀ ਜਮਾਂ ਹੀ ਧੁੱਖ ਨਹੀਂ ਲੱਗਣ ਦਿੰਦਾ ਸ਼ੇਰਾ ਬਾਈ ਤੇ ਖੱਚਾ ਅੰਦਰ ਨੇ ਤੁਸੀਂ ਬਾਲਾ ਪੁੱਠਾ ਪੰਗਾ ਲੈ ਰਿਹਾ ਪਹਿਲਵਾਨ ਦੇਖ ਜਾ ਕੇ ਬਬਰ ਸਾਲਾ ਕਿਤੇ ਡਿੱਗਣਾ ਪਿਆ ਹੋਵੇ ਉਹ ਬੁੱਧੋ ਦੇਖ ਹੁਣ ਪੀ ਬਾਲੀ ਲੈਂਦਾ ਸਾਲਾ ਬਚਦੀ ਹੈ ਨੀ ਓ ਖੰਜਰ ਸੇ ਖੂਨ ਗਿਰੇਗਾ ਓ ਕਤਲੇ ਆਮ ਤੇਰੀ ਹੈ ਬੱਬਰ ਖੰਜਰ ਸੇ ਖੂਨ ਗਿਰੇਗਾ ਪੰਡਾ ਅੰਦਰ ਤੁਹਾਡੇ ਬਾਪੂ ਜੀ ਬੁਲਾ ਰਹੇ ਨੇ ਬੱਬਰ ਓ ਬੱਬਰ ਬਾਈ ਬੱਬਰ ਮਾਰਦਾ ਭੈਣਦਾ ਯਾਰਾਂ ਨੇ ਬਾਈ ਬਾਈ ਓ ਬੱਬਰ ਤੂੰ ਤੇਜੇ ਬਾਈ ਦਾ ਇਮਤਿਹਾਨ ਪਾਸ ਕਰਨਾ ਹੈ ਮੈਨੂੰ ਮਾਰ ਕੇ ਕੋਈ ਗੱਲ ਨਹੀਂ ਮੈਂ ਵੀ ਇਹੀ ਇਮਤਿਹਾਨ ਪਾਸ ਕੀਤਾ ਸੀ ਕਿਸੇ ਹੋਰ ਨੂੰ ਮਾਰ ਕੇ ਕੱਲ ਨੂੰ ਕੋਈ ਹੋਰ ਇਮਤਿਹਾਨ ਪਾਸ ਕਰੇਗਾ ਤੈਨੂੰ ਮਾਰ ਕੇ ਆਪਾਂ ਕੋਈ ਗੱਲ ਨਾ ਹੀ ਕਰੀਏ ਸ਼ੇਰਿਆ ਇਹਨਾਂ ਨੂੰ ਹੀ ਬੋਲਣ ਦੀਏ ਸਾਨੂੰ ਦੇਖ ਕੇ ਫਿਰ ਰੋਕੀ ਹੋਏ ਆਹ
कुत्र कोनी शेर बबरू मैं शेर पर शिकार कदे कदे शेरां दा भी हो जांदा है मेरे सिनेमे च नहीं मिलनी चाहिए। ਜਮਾ ਪੱਕੀ ਆ ਉਹ ਜੱਲੀ ਓਏ ਉੱਠ ਕੰਜਰ ਦੇ ਰਾਤ ਕਾਟ ਹੋ ਗਿਆ ਬਹੁਤ ਵੱਡਾ ਸਾਲਿਆ ਸ਼ੇਰੇ ਦੇ ਠੌੜ ਦਾ ਟਾਈਮ ਚੱਕਦਾ ਕਿਸੇ ਨੇ ਸੌਂ ਖਾ ਓਏ ਕਿਹਨੇ ਓਏ ਐਂ ਤਾਂ ਨਹੀਂ ਪਤਾ ਪਰ ਕਹਿੰਦੇ ਸ਼ੇਰੇ ਦੇ ਨਾਲ ਫੁੱਪਰ ਤੇ ਗੱਜੇ ਦੀ ਬੋਡੀ ਮਿਲੀ ਹੈ ਇੱਧਰ ਥਰਮਲ ਕੰਨੀ ਨਹਿਰ ਦੀ ਪਟੜੀ ਤੇ गल सुन के ना तेरे गल चा जाने भड़काता किसी ने रात किने हुए ये नहीं पता किने कीता जीने भी कीता ना सिरा लाता ये काम तो बाबे जोरा ही कर सकता जोरा भाई और तेनू किवें पता है कम जोरे भाई दा और किसी दे पतालुआ च इन्ना पानी नहीं हो सकता नाल इहदे पिछे हाथ भी तेजे बाई दा ही है बड़ी कुत्ती शाह है बाबे तेजा बाई भी बोतल उन्नी देर ही हाथ च रखता जिन्ना चर भरी है खाली होई नी ते पन्नी ਪੱਤਾ ਵੇਚਣਾ ਤੇ ਨਜਾਇਜ਼ ਕਬਜ਼ੇ ਕਾਫੀ ਸਾਰੇ ਮਾਮਲੇ ਦਰਜ ਹੈ
ਸਾਲਾ ਪੜ ਕੇ ਆਂਦਾ ਵੇਖਦਾ ਨਹੀਂ ਘਾਟਾ ਹੋ ਗਿਆ ਮੈਨੂੰ ਫੋਨ ਕਰਦੇ ਨੂੰ ਫੋਨ ਕਿਉਂ ਨਹੀਂ ਚੱਕਦਾ ਬਾਈ ਜੀ ਪੰਗਾ ਹੀ ਬਾਹਲਾ ਵੱਡਾ ਪੈ ਗਿਆ ਤੜਕੇ 4 ਵਜੇ ਦਾ ਵੱਡੇ ਸਾਹਿਬ ਨਾਲ ਪਹਿਲਾਂ ਸਰਕਟ ਹਾਊਸ 'ਚ ਸੀ ਫਿਰ ਇਸ ਵਾਰਦਾਤ ਦਾ ਪਤਾ ਲੱਗ ਗਿਆ ਫੋਨ ਦੱਸੋ ਜੀ ਕਿਹੜੇ ਵੇਲੇ ਚੱਕਦਾ ਮੈਂ ਪਾਸੇ ਹੋ ਕੇ ਚੱਕ ਲੈਂਦਾ ਡੰਗਰ ਕਿਸੇ ਥਾਂ ਦਾ ਹੁਣ ਗੱਲ ਸੁਣ ਸ਼ਾਮ ਨੂੰ ਬਾਹਰਲੇ ਘਰੇ ਆ ਕੇ ਸਾਰੀ ਖਬਰ ਦੇਈ ਮੈਨੂੰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਅਰੇ ਬਿਆਨ ਦਰਜ ਕਰਕੇ ਮੈਨੂੰ ਰਿਪੋਰਟ ਦਿਓ ਜੀ ਓਕੇ ਮੈਂ ਪ੍ਰਧਾਨ ਰਾਤ ਤਾਂ ਬੜਾ ਵੱਡਾ ਕਾਂਡ ਕਰਾਤਾ ਉਹ ਕੀ ਹੋ ਗਿਆ ਕਿਹੜਾ ਕਾਂਡ ਤੈਨੂੰ ਪਤਾ ਹੀ ਨਹੀਂ ਸਾਰੇ ਸ਼ਹਿਰ ਚ ਬਾਂ ਬਾਂ ਹੋਈ ਪਈ ਹੈ ਉਹ ਸਾਡੇ ਗਰੀਬਾਂ ਦੀ ਅਕਲ ਤਾਂ ਆਪ ਦੀਆਂ ਤੰਗੀਆਂ ਤੁਰਸ਼ਾਂ ਚ ਹੀ ਫਸੀ ਰਹਿੰਦੀ ਹੈ ਤੈਨੂੰ ਤਾਂ ਪਹਿਲਾਂ ਪਤਾ ਹੋਣਾ ਚਾਹੀਦਾ ਆਪਣੇ ਜੋਰੇ ਦਾ ਨਾਂ ਉਹਦਾ ਵਿੱਚ ਕਹਿੰਦੇ ਇਹਨੇ ਮਾਰਿਆ ਤਿੰਨੋ ਜਣੇ ਉਹ ਨਹੀਂ ਨਹੀਂ ਆਪਣਾ ਜੋਰਾ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਲੋਕ ਤਾਂ ਐਵੇਂ ਭਕਾਈ ਮਾਰੀ ਜਾਂਦੇ ਆ ਉਹ ਨਾਲੇ ਸ਼ੇਰਾ ਤੇ ਜੋਰਾ ਤੇਜੇ ਦੀ ਤਾਂ ਬੰਦੇ ਨੇ ਇਹ ਕਿਵੇਂ ਹੋਜੂ ਉਹ ਤਾਂ ਹੀ ਤਾਂ ਇਹ ਗੱਲ ਉੱਡੀ ਪਈ ਹੈ ਵੀ ਤੇਜੇ ਨੇ ਜੋਰੇ ਦੀ ਸੂਈ ਨਾਲ ਸ਼ੇਰੇ ਵਾਲਾ ਕੰਡਾ ਕੱਢਤਾ ਨਾਲਾ ਤੋੜੇ ਦਾ ਮੇਜਰਾ ਆਰਾਮ ਦੇ ਤੁਖਮ ਜੇ ਇੰਨਾ ਹੀ ਚਾਅ ਸਾਡੇ ਅਰਗਾ ਬਣਨ ਦਾ ਤਾਂ ਸਾਡੇ ਅਰਗਾ ਬਣਾ ਹੀ ਦਿੰਦੇ ਆ ਦੇਖ ਲਾ ਦਾਰੇ ਬਾਈ ਆਹ ਦਿਨ ਆ ਗਏ ਚੰਗੇ ਭਲੇ ਪੜ੍ਹੇ ਲਿਖੇ ਮੁੰਡੇ ਖੁਸਰੇ ਬਣ ਬਣ ਮੰਗਦੇ ਆ ਆਪ ਮਰਦੋਂ ਜਨਾਨੇ ਕਿਉਂ ਹੋਈ ਜਾਂਦੇ ਹੋ ਉਹਨਾਂ ਦੇ ਗਲ ਕਿਉਂ ਨਹੀਂ ਫੜਦੇ ਜਿਨ੍ਹਾਂ ਨੇ ਤੁਹਾਨੂੰ ਸਲਮਾ ਓ ਸਲਮਾ ਚੁੱਪ ਕਰਾ ਇਹਨੂੰ ਭੁੱਖ ਲੱਗੀ ਹੋਣੀ ਆ ਅੰਦਰ ਲੈ ਜਾ ਰੋਣੀ ਨਹੀਂ ਚਾਹੀਦੀ ਜਵਾਕੜੀ ਪਤਾ ਮੈਨੂੰ ਤੂੰ ਵੀ ਖੜਕੇ ਮੂਤਣ ਵਾਲੀ ਹੈ ਖੋਲਦੇ ਆ ਤੇਰੀ ਵੀ ਟੂਟੀ ਮੱਥਾ ਟੇਕਦਾ ਮਾਸੀ ਹਾਂ ਸ਼ੇਰਾ ਪਤਾ ਤਾਂ ਲੱਗ ਹੀ ਗਿਆ ਹੋਣਾ ਤੈਨੂੰ ਪਤਾ ਤਾਂ ਲੱਗ ਗਿਆ ਪੁੱਤ ਪਰ ਉਹ ਦਿਨ ਯਾਦ ਆ ਗਿਆ ਜਿੱਥੇ ਅਸੀਂ ਤੁਹਾਡੇ ਗੋਨੇ ਆਣੇ ਵਾਲੇ ਘਰ ਦੇ ਬਾਹਰ ਮੂਹਰੇ ਨਿੰਮ ਬੰਨੇ ਵੇਖੇ ਸੀ ਤੇਰੀਆਂ ਨਿੱਕੀਆਂ ਨਿੱਕੀਆਂ ਗੁਲਾਬੀ ਗੁਲਾਬੀ ਮੀਚੀਆਂ ਮੁੱਠੀਆਂ ਯਾਦ ਆ ਗਈਆਂ ਸ਼ੇਰਾ ਸਾਰੀ ਦੁਨੀਆਂ ਚ ਇਹ ਗੱਲ ਸਿਰਫ ਤੂੰ ਹੀ ਕਰ ਸਕਦੀ ਆ ਇਸੇ ਲਈ ਤਾਂ ਤੂੰ ਮਾਸੀ ਹੈ ਚੰਗਾ ਮਾਸੀ ਕਰਦਾ ਮੈਂ ਗੱਲ ਇੱਥੇ ਕਾਹਨੂੰ ਆ ਗਏ ਸਿੱਧਾ ਬਾਹਰਲੇ ਘਰੇ ਜਾਣਾ ਸੀ ਜਿਉਂਦਾ ਰਹਿ ਮੈਨੂੰ ਪੱਕਾ ਯਕੀਨ ਸੀ ਇਹ ਕੰਮ ਤਾਂ ਤੇਰੇ ਖੱਬੇ ਹੱਥ ਦੀ ਖੇਡ ਹੈ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਬਾਈ ਸ਼ਹਿਰ ਦੀ ਹਵਾ ਦਾ ਫਿਕਰ ਪਤੰਗਾਂ ਨੂੰ ਹੁੰਦਾ ਬਾਜਾਂ ਨੂੰ ਥੋੜਾ ਹੁੰਦਾ ਇਹ ਫਿਕਰ ਨਹੀਂ ਬਾਈ ਮੈਂ ਤਾਂ ਬਠਿੰਡੇ ਦੇ ਮੂੰਹ ਤੇ ਆਉਂਦੇ ਜਾਂਦੇ ਰੰਗ ਗਿਣਨੇ ਚਾਹੁੰਦਾ ਤੂੰ ਬਠਿੰਡੇ ਦੀ ਗੱਲ ਕਰਦਾ ਸ਼ੇਰਾ ਓਏ ਤੇਰੇ ਮਾਰੇ ਹੋਏ ਰਾਤ ਦੇ ਡੱਗੇ ਨਾਲ ਤਾਂ ਚੰਡੀਗੜ੍ਹ ਤਾਂ ਹੀ ਢੋਲ ਵੱਜ ਗਏ ਹੁਣ ਬਠਿੰਡੇ ਤੋਂ ਲੈ ਕੇ ਚੰਡੀਗੜ੍ਹ ਤਾਈ
सिर्फ जोरे का राज चलूगा। ਆਪਾਂ ਐਮ ਐਲ ਏ ਬਣਦੇ ਨੀ ਬਣਾਉਂਦੇ ਆ। ਉਹ ਸਾਲਾ ਕੀ ਹੋ ਗਿਆ ਤੁਹਾਡੀ ਭੈਣ ਦੀ। ਮਾਲਵਾ ਖਿੱਤੇ ਵਿੱਚ ਕਰਜ਼ੇ ਦੀ ਮਾਰ ਹੇਠ ਦੱਬੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦੀ ਕਦੋਂ ਦਾ ਵਾਕਿਆ? ਪਿਛਲੇ ਸਮੇਂ ਦੀ ਰਾਤ ਹੋਇਆ ਜੀ 12:30 ਪੁਲਿਸ ਨੂੰ ਵੀ ਸਵੇਰੇ ਪਤਾ ਲੱਗਿਆ ਜੀ ਕਿਸੇ ਦੋਤੀ ਨੇ ਫੋਨ ਕੀਤਾ ਸੀ 100 ਨੰਬਰ ਤੇ। ਪੁਲਿਸ ਪ੍ਰਸ਼ਾਸਨ ਲਈ ਵੱਡੇ ਸਵਾਲ ਖੜੇ ਕਰ ਚੁੱਕੇ ਨੇ। ਤੇਜਾ कतल करते हैं ते भंगड़ा पाउंदे निकल जांदे आ ते दूजे पासे सर अपने खुद दे शहर दे विच इक रात च तीन कतल हो जांदे आ तीन गैंगस्टर मारे जांदे आ। किते पुलिस दा कोई नवा तरीका तां नहीं गैंगस्टर्स नूं खत्म करन दा? नहीं नहीं एहो जी कोई गल नहीं। ए दोनों ही क्राइम वखरे वखरे क्राइम ने। सारे कतलकांड किसे गैंगवार दा नतीजा? जे है तां तुहाडी नजर दे विच इस कतलकांड दे पिछे कौन जिम्मेवार है? ए गैंगवार दा नतीजा होवे चाहे इको गैंग दे दो बंदियां दी आपस च कोई दुश्मनी होवे, असी जदों भी किसे नतीजे ते पहुंचे सब तो पहला असी तुहानू दसांगे। ते किसे भी हालत च शहर दे अमन ते कानून नू ਪੰਗ ਨਹੀਂ ਹੋਣ ਦਿੱਤਾ ਜਾਵੇਗਾ। ਬਠਿੰਡਾ ਪੁਲਿਸ ਨੇ ਕਾਤਲਾਂ ਦੀ ਭਾਲ ਚ ਆਪਦੇ ਜਣੇ ਤਾਂ ਦਿਨ ਰਾਤ ਇੱਕ ਕੀਤਾ ਹੋਇਆ ਸੀ, ਪਰ ਇਹ ਲਧਾੜਨਾ ਖੇਤ ਦੀ ਵੱਟ ਤੋਂ ਭਾਲਣ ਵਾਲੀ ਗੱਲ ਨਹੀਂ ਸੀ। ਬਠਿੰਡਾ ਪੁਲਿਸ ਦੀ ਇਸ ਅੰਨੀ ਕਾਰਵਾਈ ਚ ਬਹੁਤ ਨੱਕੇ ਲੋਕ ਵੀ ਕੁੱਟੇ ਗਏ। ਛੋਟੀ ਮੋਟੀ ਚੋਰੀ ਚਕਾਰੀ ਕਰਨ ਵਾਲਿਆਂ, ਸੱਟੇਬਾਜ਼ਾਂ, ਸੂਟੇਬਾਜ਼ਾਂ, ਆਸ਼ਕਾਂ ਤੇ ਨਵੇਂ ਉੱਠਦੇ ਬਦਮਾਸ਼ਾਂ ਦੀਆਂ ਕਈ ਦਿਨ ਪਤੀੜਾਂ ਪਈਆਂ ਰਹੀਆਂ। ਤੁਸੀਂ ਸਾਲੇ ਉਹ ਘਰੋਂ ਕੱਢਿਆ ਵਾ, ਕੁਲਚੇ ਖਾਈ ਜਾਂਦੇ ਇੱਥੇ ਆ ਡੰਡਾ ਫੜਾ ਉਰੇ। ਜੇ ਅੱਜ ਤੋਂ ਬਾਅਦ ਇੱਥੇ ਮੈਂ ਤੁਹਾਨੂੰ ਕੁਲਚੇ ਖਾਂਦੇ ਦੇਖ ਲਿਆ ਨਾ, ਮੈਂ ਮਾਰ ਮਾਰ ਬੈਂਤਾ ਆ ਤੁਹਾਡੇ ਚਿੱਤੜ ਡਬਲ ਰੋਟੀ ਵਰਗਾ ਕਰ ਦੂੰਗਾ, ਸਮਝੀਏ? ਭੱਜੋ ਤੂੰ, ਓਏ ਜਨਾਨੇ ਜਾ ਇੱਧਰ ਆ ਤੂੰ। ਮੈਂ ਹੀ ਪਤਾ ਲੱਗ ਗਿਆ ਨਾ ਜਨਾਨੇ ਤੈਨੂੰ ਵੀ ਕਿਹਾ, ਹੋ ਸਾਲਿਆ ਤੇਰੇ ਪਿਓ ਨੂੰ ਕਿਹਾ ਹੈ। ਗੱਲ ਸੁਣੋ, ਆ ਸਾਲਿਆ ਮਾਰੀਆਂ ਪਈਆਂ ਨੱਤੀਆਂ ਜੀਆਂ ਗੱਲਾਂ ਚ ਸਾਲੇ, ਜੇ ਆ ਬੋਤੀ ਨੇ ਫੇਰ ਦੇਖ ਲਿਆ ਨਾ ਮੈਂ ਪੱਟ ਲੂ ਸਾਲਿਆ ਸਾਰੀਆਂ। ਚੱਲ ਮੈਂ ਇੱਥੋਂ ਡੰਡਾ ਫੇਰੇ ਕਰੋ ਸਾਲੇ ਬਾਂਦਰਾਂ ਤੇ। ਆ ਜਗਤਾਰ, ਕਿਵੇਂ ਲੱਗਦਾ ਫਿਰ ਤੈਨੂੰ? ਨਾ ਮਹਾਰਾਜ, ਹਾਲੇ ਤਾਂ ਜੀ ਕਿਸੇ ਦਾ ਨੀ ਨਾ ਬੋਲਦਾ। ਐਫ ਆਈ ਆਰ ਜ਼ਰੂਰ ਲਿਖੀ ਹੈ, ਉਹ ਵੀ ਇੱਕ ਦੋਦੀ ਦੀ ਗਵਾਹੀ ਤੇ। ਵਕੀਲ ਸਾਹਿਬ, ਤੁਸੀਂ ਵੀ ਬੋਲੋ ਕੁਛ। ਉਹ ਦੇਖੋ ਸਰਦਾਰ ਸਾਹਿਬ, ਤੁਸੀਂ ਭੋਰਾ ਚਿੰਤਾ ਨਾ ਕਰੋ, ਕੁਛ ਨਹੀਂ ਹੁੰਦਾ ਜੋਰੇ ਬਾਈ ਨੂੰ। ਕਿਉਂਕਿ ਪਹਿਲੀ ਗੱਲ ਤਾਂ ਇਹ ਕਿ ਜਿੱਥੋਂ ਡੈਡ ਬਾਡੀਜ਼ ਮਿਲੀਆਂ ਉੱਥੇ ਕਤਲ ਹੋਇਆ ਹੀ ਨਹੀਂ। ਦੂਜੇ ਇਹੋ ਜਿਹੇ ਕੇਸਾਂ ਚ ਪੁਲਿਸ ਵੀ ਕੋਈ ਖਾਸ ਦਿਲਚਸਪੀ ਨਹੀਂ ਲੈਂਦੀ ਜਦ ਤੱਕ ਉੱਪਰੋਂ ਦਬਾਅ ਨਹੀਂ ਪੈਂਦਾ। ਤੁਸੀਂ ਹੱਟ ਤੇ ਬੈਠੇ ਹੋ ਵਕੀਲ ਸਾਹਿਬ, ਤੇ ਅਸੀਂ ਵੱਟ ਤੇ, ਬਸ ਇਹੀ ਫਰਕ ਆ ਸਾਡੇ ਤੇ ਤੁਹਾਡੇ ਚ।
ਤੇ ਸਾਂਝ ਵੀ ਤਾਂ ਇਹੋ ਹੈ ਕਾਕਾ ਜੀ, ਹੱਟ ਤੇ ਵੱਟ ਦੀ ਸਾਂਝ ਨਾਲ ਹੀ ਸਾਰਾ ਕਾਰੋਬਾਰ ਚੱਲਦਾ ਕਿ ਨਹੀਂ ਸਰਦਾਰ ਜੀ? ਉਹ ਇਸੇ ਕਰਕੇ ਤਾਂ ਤੁਹਾਨੂੰ ਸੱਦਿਆ ਮਹਾਰਾਜ। ਦੇਖੋ ਹੋਰ ਜੋ ਮਰਜ਼ੀ ਹੋ ਜਾਵੇ, ਪਰ ਮੇਰੇ ਪੱਗੇ ਸ਼ੇਰ ਦਾ ਵਾਲ ਨਾ ਵਿੰਗਾ ਹੋ ਜਾਵੇ ਕਿਤੇ। ਅਸੀਂ ਤੁਹਾਡਾ ਮਾਸ ਖਾਧਾ, ਨਾਲੇ ਅਲਕੋਹਲ ਪੀਤੀ ਹੈ। ਜੋਰੇ ਬਾਈ ਨੂੰ ਫੁੱਲ ਦੀ ਨੀ ਲੱਗਣ ਦਿੰਦੇ। ਜੋਰੇ ਬਾਈ, ਤੁਸੀਂ 15-20 ਦਿਨ ਲਈ ਕਿਤੇ ਇੱਧਰ ਉੱਧਰ ਹੋ ਜਾਓ, ਬਾਕੀ ਮੈਂ ਸਾਂਭ ਲੂੰਗਾ। ਨਾਲੇ ਜੇ ਕੋਈ ਲੋੜ ਪਈ ਨਾ ਖੱਟਰ ਸਾਹਿਬ, ਤਾਂ ਜੋਰਾ ਨੀ ਜਾਂਦਾ ਜੇਲ ਜੂਲ, ਮੈਂ ਜਾਊਂਗਾ। ਲਿਖ ਲਓ ਮੇਰਾ ਨਾਮ। ਪੁਲਸੀਆਂ ਜੇਲ ਤੋਂ ਕੌਣ ਡਰਦਾ ਵਕੀਲ ਸਾਹਿਬ? ਇਹ ਤਾਂ ਬਸ ਤੇਜਾ ਭਾਈ ਵਾਲਾ ਹੀ ਫਿਕਰ ਕਰੀ ਜਾਂਦੇ ਨੇ। ਨਹੀਂ ਸ਼ੇਰਾ, ਅਸੂਲ ਹੈ, ਜੇ ਜੰਗਲ ਚ ਹਕੂਮਤ ਕਰ ਰਹੀ ਹੋਵੇ ਤਾਂ ਸ਼ੇਰ ਦਾ ਆਜ਼ਾਦ ਹੋਣਾ ਜ਼ਰੂਰੀ ਹੈ। ਤੂੰ ਮੰਨ ਮੇਰੀ। ਇੱਕ ਰਾਤ ਵਿੱਚ 3 ਕਤਲ, ਕਾਤਲਾਂ ਦਾ ਕੋਈ ਪਤਾ ਨਹੀਂ, ਇਸ ਗਰੁੱਪ ਕਿਸੇ ਗਰੁੱਪ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ। ਇਹ ਕੁਰੇਸ਼ੀ ਹੈ ਕੌਣ ਬਾਈ? ਸੁਲਤਾਨ ਅਹਿਮਦ ਕੁਰੈਸ਼ੀ ਆ ਉਹਦਾ ਪੂਰਾ ਨਾਂ। 2 ਵਾਰੀ ਬਰੇਲੀ ਤੋਂ MP ਜਿੱਤਿਆ ਹੋਇਆ, ਰਾਜਾ ਆਪਦੇ ਇਲਾਕੇ ਦਾ ਰਾਜਾ, ਬਾਕੀ ਬੋਗਾ ਹੈਗਾ, ਤੈਨੂੰ ਦੱਸ ਦੂ ਸਾਰਾ ਕੁਛ। ਚਲੋ ਬਾਈ, ਬੋਲੀਏ ਵਾਹਿਗੁਰੂ। ਚੰਗਾ ਬਾਈ, ਦੀਪੇ ਹੋਣੀ ਤੁਹਾਡੇ ਕੋਲ ਨੇ। ਤੂੰ ਰਹਿ ਇੱਥੇ ਦੀਪੇ ਬਾਈ ਕੋਲ। ਬਸ ਬਸ ਬਸ, ਟੇਕ ਜਾ, ਮੈਂ ਕੰਨ ਤੇ ਮਾਰੂ ਤੇਰੇ। ਕਿਤਨੀ ਜਾਂਦਾ ਪਿਆ, ਤੂੰ ਵੀ ਘਰੇ ਨੀ ਜਾਣਾ, ਤੁਸੀਂ ਸਾਰਿਆਂ ਨੇ ਇਕੱਠੇ ਤੇ ਚੁਕੰਨੇ ਰਹਿਣਾ ਜੀ। ਠੀਕ ਹੈ ਜੀ। ਸਮਾਂ ਵਿਚਾਰ ਆਉਂਦਾ, ਜੇ ਕਿਤੇ ਜਾਣਾ ਆਉਣਾ ਮੈਨੂੰ ਪੁੱਛ ਦੱਸ ਕੇ। ਠੀਕ ਹੈ ਬਾਈ। ਕਿਵੇਂ ਭੁੱਲਰ ਸਾਹਿਬ, ਆ ਕੀ ਹੋਈ ਜਾਂਦਾ ਤੁਹਾਡੇ ਰਾਜ ਚ? ਨਾ ਰਾਤ ਵਾਲੀ ਘਟਨਾ ਕੋਈ ਜ਼ਿਆਦਾ ਵੱਡੀ ਨੀ ਹੋ ਗਈ, ਸਾਡੇ ਨੱਕ ਥੱਲੇ ਕਿਹੜਾ ਜੰਮ ਪਿਆ ਜਿਹਦਾ ਸਾਨੂੰ ਪਤਾ ਹੀ ਨਹੀਂ? ਮੈਨੂੰ ਛੋਟੇ ਸਰਦਾਰ ਜੀ ਦਾ ਫੋਨ ਆਇਆ ਸੀ ਪਰਸਨਲ। ਮੈਨੂੰ ਵੀ ਕਾਲ ਆਈ ਸੀ ਸਾਹਿਬ ਬਹਾਦਰ ਦੀ। ਕੋਈ ਨੀ, ਇੱਕ ਦੋ ਦਿਨਾਂ ਚ ਫੜਦੇ ਆ ਉਲਝੀ ਹੋਈ ਦੌੜ ਦਾ ਸਿਰਾ, ਦੇਖਦੇ ਆ। ਨਮਸਕਾਰ ਨਮਸਕਾਰ ਭੁੱਲਰ ਸਾਹਿਬ। ਮੈਂ ਕਿਹਾ ਕੀ ਕਰਾਈ ਜਾਂਦੇ ਹੋ, ਇੰਨੀ ਨੇਰ ਕਰਦੀ, ਇੱਕ ਰਾਤ ਚ 3 ਕਤਲ? ਸਰ, ਇਹ ਛੋਟੇ ਮੋਟੇ ਗੈਂਗਸਟਰ ਨੇ ਜੋ ਆਪਸ ਚ ਲੜਦੇ ਮਰਦੇ ਰਹਿੰਦੇ ਨੇ, ਬਾਕੀ ਤੁਸੀਂ ਅਮਨ ਸ਼ਾਂਤੀ ਦੀ ਫਿਕਰ ਨਾ ਕਰੋ। ਅਸੀਂ ਹੈਗੇ ਆ ਨਾ, ਅਮਨ ਦੀ ਫਿਕਰ ਅਸੀਂ ਕਿਉਂ ਨਹੀਂ ਕਰਾਂਗੇ? ਸਾਨੂੰ ਤਾਂ ਸਾਰੇ ਪੰਜਾਬ ਦੀ ਫਿਕਰ ਹੈ। ਕੀ ਹੋਇਆ ਜੇ ਅਸੀਂ ਸਟੇਟਸ ਪਾਵਰ ਚ ਨਹੀਂ ਆ? ਸੈਂਟਰ ਤਾਂ ਅਸੀਂ ਹੈਗੇ। ਹੁਣ ਨਾ ਤੂਤਿਆਂ ਦੇ ਵਸ ਆ ਗਿਆ ਪੰਜਾਬ, ਲੁੱਟ ਖਸੁੱਟ ਕਰੀ ਜਾਂਦੇ ਨੇ। ਆਈ ਕੈਨ ਅੰਡਰਸਟੈਂਡ ਪੰਡਿਤ ਜੀ, ਤੁਹਾਡਾ ਕੰਸਰਨ ਸਹੀ ਹੈ, ਪਰ ਕੋਈ ਵੀ ਬੰਦਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਹੀਂ ਜਾ ਸਕਦਾ। ਬਾਲੀ ਪਿਆਰੀ ਗੱਡੀ ਹੈ ਬਾਈ ਦੀ ਇਹ, ਤਾਂ ਹੀ ਤਾਂ ਸਪੈਸ਼ਲ ਤੁਹਾਨੂੰ ਛੱਡਣ ਵਾਸਤੇ ਭੇਜੀ ਹੈ। ਲੱਕੀ ਗੱਡੀ ਹੈ ਬਾਈ ਦੀ ਇਹ, ਸਾਰਾ ਕਾਰੋਬਾਰ ਇਹ ਤੋਂ ਹੀ ਬਣਿਆ। ਬਾਈ ਮਾਣਕ ਤਾਂ ਲਾ ਦੇ ਯਾਰ, ਲੈ ਚੱਕ। ਵੇਲੇ ਸਰਦਾਰ ਬੇਲੰਬਰਦਾਰਾ, ਅੱਜ ਵੇਲ ਬਣੀ ਵੇ ਤੇਰੀ। ਵੇਲੇ ਸਰਦਾਰ ਬੇਲੰਬਰਦਾਰਾ ਹੈ, ਹੁਣ ਵੇਲ ਵਧੀ ਵੇ ਤੇਰੀ। ਜੁਗ ਜੁਗ ਜੀਵੇ ਤਸਵੀਰ ਛਡਾਉਣਾ, ਤੁਸੀਂ ਚੱਲੋ ਭੈਣ ਜੀ, ਮੈਂ ਜ਼ੋਰਾਵਰ ਨੂੰ ਤਿਆਰ ਕਰਕੇ ਆਵਾਂ। ਨਵੇਂ
ਸ਼ਗਨ ਮਨਾਵਾ ਜਿਵੇਂ ਸੋਹਣਿਆ ਮੈਂ ਤੇਰੇ ਸ਼ਗਨ ਮਨਾਵਾ ਜੋਗਿਆ ਮੈਂ ਤੇਰੇ ਸ਼ਗਨ ਮਨਾਵਾ ਜੀ ਸੋਹਣਿਆ ਮੈਂ ਤੇਰੇ ਸ਼ਗਨ ਮਨਾਵਾ ਬੋਰੀਆਂ ਮੈਂ ਤੇਰੇ ਸ਼ਗਨ ਮਨਾਵਾ ਸੋਹਣਿਆ ਮੈਂ ਤੇਰੇ ਸ਼ਗਨ ਮਨਾਵਾ ਜਿਉਣ ਜੋਗਿਆ ਮੈਂ ਤੇਰੇ ਸ਼ਗਨ ਮਨਾਵਾ ਮੈਂ ਸੋਹਣਿਆ ਮੈਂ ਤੇਰੇ ਸ਼ਗਨ ਮਨਾਵਾ ਨਾਲ ਤਾਂ ਡੈਡੀ ਜੀਵੇ ਮੇਰੇ ਮਨ ਪਾਉਣਾ ਜੀਵੇ ਉਸਰੇ ਨਚਾਉਣਾ ਜੀਵੇ ਵੇਲਾ ਕਰਵਾਉਣਾ ਜੀਵੇ ਸੋਹਣਿਆ ਮੈਂ ਤੇਰੇ ਸ਼ਗਨ ਜੀਵੇ ਸੋਹਣਿਆ ਜੀਵੇ ਘਰ ਯਾਦ ਆ ਤੈਨੂੰ ਵੇ ਹੌਲਦਾਰ ਦੇ ਮੁੰਡਾ ਹੋਇਆ ਸੀ ਜਸਵੀਰ ਨਹੀਂ ਕਿੱਥੇ ਵੜ ਗਈ ਭੈਣ ਕਿੱਥੇ ਆ ਤੇਰਾ ਲਾਲ ਦਿਖਾ ਤਾ ਕਿੱਡਾ ਕੁ ਹੋ ਗਿਆ ਨਹੀਂ ਕਿੱਧਰ ਚੱਲ ਗਈ ਹਾਂ ਸ਼ੇਰ ਮੇਰਾ ਲੈ ਮਾਂ ਕਿੱਥੇ ਆ ਪੁੱਤ ਤੇਰੀ ਹੈ ਬਾਈ ਜੀ ਫਿਕਰ ਨਾ ਕਰੋ ਕੰਮ ਹੋ ਜਾਊਗਾ ਓਕੇ ਆ ਰੋਕਿਓ ਜੀ ਰੋਕਿਓ ਕੀ ਗੱਲ ਹੋ ਗਈ ਬਾਈ ਜੀ ਆ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਜੀ ਥੋੜੀ ਜੀ ਕਰਿਓ ਮਦਦ ਹਾਂਜੀ ਚਲੋ
आदमी है तो आदमी की तरह बात कर। आदमी जब औरत की तरह बात करने लगे तो हिजड़ा लगने लगता है। जिमे कहंदे ने लंडे नु खुंडा सौ को दा बेंग पा के मिलता है। जोरावर सिंह ओवें बठिंडे तो 350 मील दूर बरेली जाके जोरे ने दिना च सुल्तान अहमद कुरैशी नाल बुक्कल सांझी कर ली। हम तो पहली बार देख के ही समझ गए थे कि तू लंबी रेस का घोड़ा है और इन गधों के बीच ज्यादा देर नहीं रहने वाला। इधर बठिंडा पुलिस ते दबाव वध रहा सी। लीडर भी ताने मार रहे सी ते आम लोग भी। जगतार पुलिस की हर सरगर्मी की खबर तेजे नूं दिंदा रहिंदा ते तेजा वकील नाल सलाह मशवरा करदा रहिंदा। जद अक्की पलाही हाथ मार के पले कुछ ना पिया ता SSP भुल्लर ने सीधी मीटिंग तेजे नाल ही रख ली। विचोला बनिया DSP शर्मा। तेजा सिंह हुण सानू तेरी लोड़ है, बैठो ड्यूटी साहब। पर इस मसले च मैनू माड़ी जी गल जोरावर सिंह नाल करनी पैनी है। जोरावर नाल की गल करनी औलख साहब, ओह कड़ा तुहाडे तो बाहर है। नहीं नहीं शर्मा जी, जोरा अपना जवाक है, अपने तो बाहर किवें हो जूगा। जे मसला गाह तुरिया तां मोहरा तो उही बनू ना। मर्जी मोहरियां दी कित्थे चलदी हुंदी है तेजा सिंह, मर्जी तां शतरंज खेडण वाले दी चलदी हुंदी है। तू सानू इस चक्कर विजे चो बाहर कढ, तेरे पिछे मैं खड़ा, सारी बठिंडा पुलिस तेरे पिछे खड़ी है। जोरे ते परचा देना तां इक असीं खाना पूर्ति कर रहे हैं, 2-4 महीनों बाद उहदी बेल हो जानी है, फिर करे ऐश। समझ लो जोरा मन गया, पर उदू पहला मेरा एक काम करना पैना है। थोड़ा SHO है बघेल, इहनू लाओ किते खुड्डे लैन, भैण देणा इह बहुत दुखी करदा है। इह काम तेरा हो गया। हुण शतरंज दे काले मोहरे भी अपने ते चिट्टे भी अपने। ਹੋਏ ਤੀਰੇ ਕਤਲਕਾਂਡ ਵਿੱਚ ਬਠਿੰਡਾ ਪੁਲਿਸ ਨੂੰ ਲੋੜੀਂਦੇ ਮੁੱਖ ਦੋਸ਼ੀ ਜੋਰਾਵਰ ਸਿੰਘ ਉਰਫ ਜੋਰਾ ਨੇ ਅੱਜ ਸਵੇਰੇ ਬਠਿੰਡਾ ਪੁਲਿਸ ਨੂੰ ਆਤਮ ਸਮਰਪਣ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਮੁੱਖ GS ਭੁੱਲਰ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਸ਼ਹਿਰ ਵਿੱਚ ਕਿਸੇ ਵੀ ਕੀਮਤ ਤੇ ਅਮਨ ਤੇ ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ। ਮੰਨਦਾ ਨਾ ਬਾਬੇ, ਮੈਂ ਕੀ ਕਿਹਾ ਸੀ ਤੈਨੂੰ, ਜੋਰੇ ਬਾਈ ਬਿਨਾ ਐਡਾ ਕਾਰਾ ਕੋਈ ਕਰ ਹੀ ਨਹੀਂ ਸਕਦਾ ਬਠਿੰਡੇ ਚ। ਠੀਕ ਆ ਭਾਈ, ਕਿਹਾ ਜੋਰਾ ਤਾਂ ਫਿਰ ਹੋ ਗਿਆ ਪੁਲਿਸ ਸਾਹਮਣੇ ਪੇਸ਼। ਹਾਂ ਹੋ ਗਿਆ, ਅਸਲ ਗੱਲ ਪਤਾ ਨਹੀਂ ਕੀ ਹੈ। ਸੁਣਿਆ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਲੋਲਾ ਕਰਨ ਲੱਗ ਪਏ ਓਏ। ਦੀਨਾ ਦੀਨਾ ਗੁੱਜਰ ਨਾਂ ਤਾਂ ਸੁਣਿਆ ਹੋਣਾ। ਆ ਪਟਿਆਲੇ ਵਾਲੇ ਫਾਟਕਾਂ ਤੇ ਬਿੱਲੂ ਆੜਤੀ ਆ, ਮੈਂ ਹੀ ਵੱਢਿਆ ਸੀ। ਫੇਰ ਉਹ ਫੇਰ ਕੀ ਯਾਰ, ਉਹ ਇਹ ਕੋਈ ਗੱਲ ਹੀ ਨੀ, ਬੰਦਾ ਵੱਢਿਆ ਸੀ ਦਿਨ ਦਿਹਾੜੇ। ਮੇਰਾ ਨਾਂ ਕੀ ਆ ਪਤਾ ਤੈਨੂੰ? ਜੋਰਾ ਆ ਤੂੰ? ਤੇਰਾ ਨਾਂ ਤਾਂ ਪਤਾ ਨੀ ਸੀ ਮੈਨੂੰ, ਉਹ ਤਾਂ ਤੂੰ ਆਪ ਦੱਸਦਾ ਫਿਰਦਾ। ਕੀ ਮਤਲਬ ਆ ਤੇਰਾ? ਮਤਲਬ ਇਹੀ ਆ ਕਿ ਦਹੀਂ ਦੇ ਭੁਲੇਖੇ ਨਾ ਘਪਾਣਾ ਮੂੰਹ ਚ ਪਾ ਬੈਠੀ, ਵੜੇਵਾਂ ਵੜੇਵਾਂ ਹੋ ਕੇ ਮਗਰ ਦੀ ਨਿਕਲੂ,
तेरी अपटे बेर जेल च जोरे दी मुलाकात जग्गे बाई अरगे बोर्ड नाल हुई जिहदियां जड़ां सारे पंजाब च फैलियां होईयां सी ते जग्गे बाई नाल जोरे दी इक सांझ भी सी। जोरिया बाई जी बुलाउंदे आ। एस एस पी भुलर नू कह दई तेनू जग्गे बाई ने भेजे। जानदा बाई जी नू? मैं तो बस इना ही जानता कि बोर्ड तो बिना किसी दरख्त दे ताड़ी नहीं हुंदी। आ बजा बजा। तेरे नाल साड़ी एक सांझ है, इसलिए तेन इत सद्या। दर्शन हालदार का ही मुंडा है ना तू? मैं तो कदे सोचे ही नहीं मैं किहदा मुंडा ते ना ही कदे ना किसी ने लिया मेरे सामने। मेरे नौ जड़े कतल लगे ने उन्हां च एक नौ हालदार दर्शन सिंह दा। तेरे प्यो नू मैं मारिया। जोरे ओए, जोरे ओए, जोरे ओए, मतलब तेरा बापा मारता है, मम्मी भूआ नू दस के गया कोई। चंगा होया जी मारता, नहीं तो बड़ा होके मैं मार दंदा। बड़ा खतरनाक बंदा यार तू। मैं जो काम 47 साल की उम्र च किया सी वो तू 7 साल की उम्र च सोच लिया। सोच च कतल करना सच च कतल करने नालों वध खतरनाक होंदा है।
रावी रघबीर सिंह ना है साडा। किन्नी अजीब गल है ना, जिवें किसी प्यासे का ना दरिया होवे। जग्गे बाई नाल जोरे दी नेड़ता दिनों दिन वधन लगी। ते एक दिन जोरा जग्गे बाई दे सामने किताब वांगू खुल गया। मैं तां वाहिया वाण सी बाई जी, हालात जो बीजते रहे ओही उगता रहा। भाई आपकी दुकान ते रख ले। तू की करेगा मेरी दुकान ते? बकरा बजना सीख। जोरिया चल, आपा तां पहले स्कूलों लेट है। बूटा करारी संगरी आले नाके ते तू ही मेरे ट्रक फसाए सी ना। तेजा जो मैं करना सी मैं करता, हुण जो तेथो हुंदा तू कर दे। चटकाई ने उनू बकरा वड़ना ता नहीं सी सिखाया, पर तेजे औलख तो उन्हें बंदा वड़ना जरूर सिख लिया सी। ए तेजे दी पहली झलक सी जड़ी जोरे ने देखी। हुण तेजे तक पहुंचना ही उहदा मकसद सी, इसलिए उन्हें 22 साल तेजे दी पैड नप्पी रखी। बोकल च की पढ़ रहा सी जोरे नू सारा पता सी। ओदी नजर जवाला चौधरी ते भी रहिंदी सी, शेरे रठौड़ ते भी, ते तेजे औलख ते भी। हुण असी सारे इकट्ठे सी, जोरा, बाबू गूंगा, बखतौरा ड्राइवर, सुखा मिस्त्री ते मैं। बठिंडे दियां बारलियां बस्तियां च हौली हौली साडे ग्रोह दा नां बन रहा सी। शेरा रठौड़ इन्हां ही बस्तियां च तेजे लई नशा पत्ता बेचण दा काम करदा सी। जोरे ने एक दिन सीधा शेरे नाल ही पेचा पा लिया। मुझे गैर लगते यार। जोरे बिना सानू किसे नू नहीं सी पता के पेचा साडे पतंगा नू केड़े पासे लेके जाऊ। ए जहर तू मेरे हुंदे इना बस्तियां च नहीं बेच सकदा शेरिया। बल्ले तन्ने तो मेरा नाम भी पता है। जे ना पता फिर तो उस नाल जुड़े हर कैर नू भी जानदा होना मां दे मकड़ा जानदा कि नहीं। ए मेरी खुशबख्ती है शेरिया कि मैं तेरे बारे सब कुछ जानदा, ते तेरी बदबख्ती कि तू मेरे बारे कुछ नहीं जानदा। बदबख्ती कोई नहीं, अज जान जेगा। कहा सी ना पै गया ना पूरा। दीपे से टक्कर Yeah.
ਜੋਰਿਆ ਆਹ ਨਸ਼ੇ ਵਾਲੀ ਗੱਲ ਤੂੰ ਸ਼ੇਰੇ ਰਥੌੜ ਨਾਲ ਪੰਗਾ ਪਾਉਣ ਲਈ ਕਹੀ ਸੀ ਓਏ ਭਾਈ ਆਪਾਂ ਬਦਮਾਸ਼ੀ ਕਰਨੀ ਆ ਉਹ ਵੀ ਹਿੱਕ ਦੇ ਜ਼ੋਰ ਤੇ ਇਸ ਖਾਤਰ ਸਾਹਮਣੇ ਹਿੱਕ ਚ ਵੀ ਜ਼ੋਰ ਚਾਹੀਦਾ ਨਸ਼ਿਆਂ ਦੇ ਸਿਰ ਤੇ ਗਲਤਾਨ ਲਾਸ਼ਾਂ ਤੇ ਹਕੂਮਤਾਂ ਸਰਕਾਰਾਂ ਕਰ ਸਕਦੀਆਂ ਨੇ ਆਪਾਂ ਨਹੀਂ ਭਾਈ ਟਾਈਮ ਕੁਛ ਬੜਾ ਨਹੀਂ ਚਲੋ ਵੀ ਸਾਹਿਬ ਨੇ ਬੁਲਾਇਆ ਐਡੀ ਸਾਲੀ ਗੱਲ ਤਾਂ ਹੈ ਨਹੀਂ ਸੀ ਤੇਜੇ ਬਾਈ ਨੂੰ ਹੁਣ ਤੱਕ ਕੋਈ ਨਾ ਕੋਈ ਬੰਦਾ ਭੇਜਣਾ ਚਾਹੀਦਾ ਸੀ ਇਹ ਸਾਲਾ ਮਲੰਗ ਜੱਟ ਸਮਝਦਾ ਕੀ ਆਪਦੇ ਆਪ ਨੂੰ ਤੇਜਾ ਬਾਈ ਬਾਈ ਕਹਾਉਂਦਾ ਉਹ ਮੈਨੂੰ ਕੀ ਤਾਉਂਦਾ ਉਹਦੇ ਮੇਰੀ ਮਾਂ ਨੇ ਮੁੱਖ ਮੰਤਰੀ ਸਾਹਿਬ ਦੇ ਪਿੰਡ ਵਾਲੇ ਘਰ 20 ਸਾਲ ਗੋਹਾ ਕੂੜਾ ਕਰਕੇ ਪੁਲਿਸ ਚ ਭਰਤੀ ਕਰਾਇਆ ਮੈਨੂੰ ਇਹ ਸਾਲੀ ਲਿੱਦੀ ਖਾਣੀ ਪੈਗੀ ਨਾ ਫਿਰ ਹਾਥੀ ਦੀ ਖਾਵਾਂਗੇ ਕਦੇ ਦੀ ਨੀ ਖਾਂਦੇ ਹਾਂਜੀ ਲਾਲਾ ਜੀ ਸਰਦਾਰ ਜੀ ਔਖੇ ਸੀ ਉਤੋਂ ਤੇਜੇ ਦਾ ਫੋਨ ਆ ਗਿਆ ਉਹ ਵੀ ਬੰਦੇ ਸੜਵਾਉਣ ਵਾਸਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਬਾ ਜੀ ਬਾਲੀ ਮਹਾਨ ਤਾਂ ਥੱਕੀ ਫਿਰਦੇ ਹੋ ਜਿਨ੍ਹਾਂ ਦੇ ਜੰਮਣ ਤੇ ਨੱਚਣ ਜਾਂਦੇ ਹੋ ਬਾਅਦ ਚ ਉਹਨਾਂ ਦੀ ਰਾਖੀ ਵੀ ਕਰਦੇ ਹੋ ਕਮਾਲ ਸਰਦਾਰ ਸਾਹਿਬ ਸਾਨੂੰ ਤਾਂ ਰਾਮ ਚੰਦਰ ਜੀ ਦੀ ਬਖਸ਼ਿਸ਼ ਹੈ ਅਸੀਂ ਤਾਂ ਸਾਰੀ ਦੁਨੀਆਂ ਦੀ ਸੁੱਖ ਮੰਗਦੇ ਹਾਂ ਤੁਹਾਡੀ ਵੀ ਇਹਨਾਂ ਦੀ ਵੀ ਚੰਗਾ ਜੀ ਸਤਿ ਸ੍ਰੀ ਅਕਾਲ ਸੋਚ ਲੈ ਜੱਟ ਦੇ ਗੱਡੇ ਥੱਲੇ ਰਹਿਣਾ ਕਿ ਲਾਲੇ ਦੀ ਕਾਰ ਚ ਬਣਿਆ ਮੈਂ ਤੁਹਾਡੀ ਗੱਲ ਸਮਝ ਨਹੀਂ ਸਰਦਾਰ ਜੀ ਸਰਦਾਰ ਜੀ ਸੁਣ ਕੇ ਸਵਾਦ ਹੀ ਆ ਗਿਆ ਇੱਕ ਵਾਰੀ ਹੋਰ ਕਹਿ ਸਰਦਾਰ ਜੀ ਲੱਤਾਂ ਵੜ ਦੂ ਜਾਂ ਛੱਡ ਗਿਆ ਬੱਟਾਂ ਤੇ ਚੜ ਘਾਹ ਦੀ ਇੱਕ ਤੜ ਨਹੀਂ ਖੋਤਣ ਦਿੰਦਾ ਮੈਂ ਦੇਖ ਮੈਂ ਚਾਹੁੰਦਾ ਵੀ ਤੂੰ ਤੇਜੇ ਡਰਾਈਵਰ ਦਾ ਕੰਮ ਛੱਡ ਕੇ ਸਾਡੇ ਯਾਰ ਜਾਲੇ ਚੌਧਰੀ ਖਾਤਰ ਕੰਮ ਕਰੇ ਮੇਰਾ ਮਤਲਬ ਸਾਡੇ ਵਾਸਤੇ ਕੰਮ ਕਰੇ ਤੂੰ ਮਰਵਾਈ ਚ ਕੀ ਮੈਂ ਕਿਹਾ ਤੁਸੀਂ ਮਰਵਾਓਗੇ ਸਰਦਾਰ ਜੀ ਤੇਜਾ ਪਿਓ ਹੈ ਜੀ ਸਾਡਾ ਅੱਛਾ ਚਲ ਇੱਕ ਪਿਓ ਹੋਰ ਸਹੀ ਮੈਂ ਚੰਗੀ ਤਰ੍ਹਾਂ ਜਾਣਦਾ ਤੇਰੇ ਵਰਗਿਆਂ ਦੇ ਕਿੰਨੇ ਪਿਓ ਹੁੰਦੇ ਨੇ ਤੁਸੀਂ ਤਾਂ ਨਾਰਾਜ਼ ਹੀ ਹੋਗੇ ਮੈਂ ਤਾਂ ਵੀ ਮਜ਼ਾਕ ਕਰਦਾ ਸੀ ਜਦੋਂ ਦਾ ਤੁਸੀਂ ਮੈਨੂੰ ਫੜੇ ਉਦੋਂ ਦਾ ਮੈਂ ਇਹੀ ਸੋਚ ਰਿਹਾ ਐਡੀ ਗੱਲ ਤਾਂ ਹੈ ਨੀ ਜਿੱਡੀ ਸਾਫ ਬਾਦਰ ਬਣਾਈ ਬੈਠੇ ਆ ਪਰ ਅਸਲ ਗੱਲ ਦਾ ਪਤਾ ਲੱਗ ਗਿਆ ਮੈਨੂੰ ਕੀ ਪਤਾ ਲੱਗ ਗਿਆ ਆਹੀ ਕਿ ਸ਼ੇਰ ਦੀ ਖਲ ਚ ਕੁੱਤਾ ਲੁਕਿਆ ਹੋ ਸਕਦਾ ਪਰ ਸੱਪ ਦੀ ਖਲ ਚ ਸੱਪ ਹੀ ਹੁੰਦਾ ਕਿ ਨਹੀਂ ਦੋ 55 ਜੀ 2 ਕਰੋੜ 55 ਲੱਖ ਇੱਕ ਬਦਲ 2 ਕਰੋੜ 55 ਲੱਖ
3,55,00,000। लो जी 3,55,00,000। 3,55,00,000 की लग गई। 20 होर बता दिए। हाँ हाँ बता दो। हाँ जी अगे है कोई 3,55,00,000। हाँ जी सेठ जी दितियां ता सी तोनू दो आरियां ओदों चा पूरा कर लेंदे बोलियां पौन दा हुण चौधरी साहब दी बोली दे उत्तों बोली नी लाउणी कोई है हो ना के बोली एथी तोड़िए। लो जी 3,55,00,000। होर कोई देना चाहुंदा भाई बोली 3,55,00,000 एक 3,55,00,000 दो 3,55,00,000 ते ए बोली जांदी है ज्वाला चौधरी जी दे नाम। वड्डा जट लवा दिया ना गोडनिया। साड़ी बहुत माड़ी गल है। मैं तो उन्हें बहुत प्यार ना रखे कले शेरे नू की उदे नारदे नू भी। गल एक नहीं ना माड़ी सरदार जी गल्लां तो बालियां माड़ियां ने। शेरा जेड़ा अपना अदूजा काम संभालदा है ओदा भी उन्हें कदे सही हिसाब किताब नहीं दिता पर हुण तां हद ही करती। ज्वाले ते बघेले नाल मिल के उन्हें पता नहीं किन्ने ही कांड करते। हाँ जी भाई जी ये गल तो मैं तुहानू उस दिन ही दसती सी पर आ जो हुण भाई साहब ने दस्या ये तो होर भी धक्का है। भाई जी इहदे च साडी नहीं तुहाडी बेइज्जती है। भाई जी हुण गड्डी तां आपां नूं बदलनी पऊ बाली तंग करन लग गई मौड़ा तां लै के इत्थों तक ही तैनारी बंद हो गई। फिकर ना कर छोड़िया बदल देने पुत काली आउंदी है। हाँ चाचा आउंदी है जोरा आउंदा छड़न नू। रोक 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 इधर मुंह चक्या वे दींदा नहीं नाका लग्या उधर दी जा जा मोड़ पुट्ठा। अस्पताल जाना सिद्धा रा जीत चाचा बीमार आ कुड़ी दा प्यो बोलदा कि मैं तू जो तेन कहता भी एरा बंद है मंत्री जी ने आना बंदे दा पुत बन के पुट्ठा मुड़ जा। मंत्री केड़ा नंगी जांदा सुनदा नहीं ओ तेनू। ओए गड्डी नू हाथ ना लाई। ओए हट एनी हिम्मत तेरी मुलाजम दे हाथ च के आ जड़ी अमरपुरे च नवी नवी बदमाशी शुरू की है ना तू ये पुत मेरे सामने नहीं चलनी। पहले एक बार तेन खुसरा ले गया थी बचा के हूं मैं वेला नहीं चल पा जाए चल। ਬਘੇਲਾ ਥਾਣੇਦਾਰ ਹੈ ਨਾ ਇੱਕ ਮੁੰਡੇ ਨੇ ਉਹਦੇ ਐਸਾ ਲਫੇੜਾ ਮਾਰਿਆ। ਅੱਛਾ ਕਦੋਂ? ਆ ਹੁਣੇ ਭਾਈ ਜੀ ਉਹਨੂੰ ਜਿਪਸੀ ਚ ਪਾ ਕੇ ਥਾਣੇ ਲੈ ਕੇ ਗਏ ਨੇ ਮੈਂ ਤੁਹਾਨੂੰ ਫੋਨ ਕਰਤਾ।
ਧੇਲੇ ਨੂੰ ਫੋਨ ਕਰੋ ਵੀ ਬਾਲਾ ਕੁੱਟੇ ਮਾਰੇ ਨਾ। ਬੋਲਦਾ ਨੀ ਤੂੰ, ਚੱਲ ਦੇਖਦਿਆਂ ਪੁੱਤ ਕਿੰਨਾ ਚਿਰ ਨੀ ਬੋਲਦਾ। ਅੱਜ ਪੁੱਤ ਤੇਰੀਆਂ ਚੀਕਾਂ ਨੀ ਅੜਾਟ ਪਾਉਣਾ ਅੜਾਟ। ਡੀਐਸਪੀ ਚੱਲ ਰੱਖੋ ਤੁਸੀਂ। ਤੂੰ ਭੌਕਦਾ ਬਹੁਤ ਆ ਥਾਣੇਦਾਰਾ, ਪਰ ਇੱਥੋਂ ਹੁੰਦਾ ਕੁਛ ਨੀ। ਬਦਲੀ ਕਰਵਾਓ, ਮੈਨੂੰ ਲਵਾਓ ਚਾਰਜ, ਤੁਹਾਨੂੰ ਫੋਨ ਕਰਨ ਦੀ ਵੀ ਲੋੜ। ਟੀਕਾ ਲਾ ਕੇ ਟਾਪ ਗੇਅਰ ਨਾ ਪਾ ਲਿਆ ਕਰ, ਜਿਹੜਾ ਮੈਂ ਕੰਮ ਕਹਿਣਾ ਪਹਿਲਾਂ ਉਹ ਕਰ। ਕਿਵੇਂ ਆ ਚਾਚਾ, ਕੁਛ ਪਤਾ ਲੱਗਿਆ ਪੁੱਤ? ਨਾ ਚਾਚਾ, ਜੋਰੇ ਦਾ ਤਾਂ ਨੀ ਪਤਾ ਲੱਗਿਆ ਕੁਛ। ਮੈਂ ਪੰਮੀ ਭੂਆ ਹੁਣਾਂ ਨੂੰ ਫੋਨ ਕੀਤਾ ਸੀ, ਉਹ ਸਾਰੇ ਤਾਂ ਇੰਦਗੜ ਗਏ ਵੇ ਆ। ਬਾਈ ਅਸਲ ਦੇ ਵਿੱਚ ਬਘੇਲਾ ਜੋਰੇ ਬਾਈ ਨੂੰ ਸ਼ਹਿਰੋਂ ਬਾਹਰ ਲੈ ਗਿਆ ਕਿਤੇ। ਜੇ ਸ਼ਹਿਰ ਚ ਹੁੰਦਾ ਫਿਰ ਕੋਤਵਾਲੀ ਚ ਹੋਣਾ ਸੀ। ਓਏ ਇਸੇ ਗੱਲ ਦਾ ਤਾਂ ਡਰ ਹੈ, ਬਘੇਲਾ ਸਾਲਾ ਬੇਕਿਰਕੀ ਵਾਲਾ, ਨਾਲੇ ਸਾਡੇ ਤੇ ਤਾਂ ਉਹੀ ਲੱਗਦਾ। ਓਏ ਦੀਪਿਆ, ਹਾਂ ਜੋਰੇ ਨੇ ਵੀ ਬਾਲਾ ਹੀ ਲੋੜਾ ਮਾਰਿਆ, ਬਘੇਲ ਸਿੰਘ ਵਰਗੇ ਥਾਣੇਦਾਰ ਦੇ ਸਰਿਆਂ ਥੱਪੜ। ਉਹ ਚਾਚਾ ਤੈਨੂੰ ਪਤਾ ਤਾਂ ਹੈਗਾ ਹੁਣ ਉਹਦਾ, ਨਿੱਕੇ ਹੁੰਦੇ ਤੋਂ ਪਤਾ ਨੀ ਕਿਹੜੇ ਜਵਾਲਾਮੁਖੀ ਦੱਬੀ ਫਿਰਦਾ ਆਪਦੇ ਅੰਦਰ। ਹੁਣ ਤਾਂ ਮੈਨੂੰ ਵੀ ਉਹਦੇ ਸੇਕ ਚ ਰਹਿਣ ਦੀ ਆਦਤ ਜੀ ਪੈ ਗਈ, ਇਹੋ ਜਿਹਾ ਸੇਕ ਜੀ ਤੋਂ ਦੂਰ ਹੋ ਕੇ ਨਾ ਮੈਂ ਪਿਘਲਣ ਲੱਗਦਾ। ਜਨਾਬ ਜੀ, ਜੀ ਜਨਾਬ, ਜੋਰਿਆ ਸੁਣਦਾ, ਉਹ ਜੋਰਿਆ ਠੀਕ ਆ ਤੂੰ? ਆ ਕੀ ਕੀਤਾ ਯਾਰ ਤੂੰ, ਬਘੇਲੇ ਦੇ ਲਪੜਾ ਜੜਤਾ? ਕੀ ਹਾਲ ਕੀਤਾ ਤੇਰਾ ਮੇਰੇ ਪਤਿਓਰੇ ਨੇ? ਦੀਪੇ ਬਾਈ, ਬਘੇਲੇ ਦੀ ਕੀ ਜ਼ਰੂਰਤ ਸੀ ਵੀ ਮੇਰੇ ਹੱਥ ਵੀ ਲਾ ਜਾਂਦਾ? ਇਹ ਤਾਂ ਮੇਰੀ ਆਪਦੀ ਮਰਜ਼ੀ ਸੀ, ਬਸ ਤੂੰ ਦੇਖੀ ਚੱਲ, ਹੁਣ ਇਹਨਾਂ ਜ਼ਖਮਾਂ ਦਾ ਹੀ ਮੁੱਲ ਪੈਣਾ।
ਧੰਨ ਤੁਸੀਂ ਬਾਬਾ ਜੋਰਾ ਨਾਥ ਜੀ, ਅਸੀਂ ਐਵੇਂ ਪੁੱਛਣ ਨੂੰ ਅੱਗ ਲਾਈ ਫਿਰਦੇ ਹਾਂ। ਕਿਵੇਂ ਆ ਬਗਿਆ ਸ਼ੇਰਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਆ ਵੀ ਮੁੰਡਿਓ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾਂ ਹੈ ਜੀ ਕੁਲਦੀਪ ਸਿੰਘ ਦੀਪਾ, ਜੋਰਾ ਮੇਰੀ ਭੂਆ ਦਾ ਪੁੱਤ ਹੈ ਜੀ। ਮੈਂ ਜੀ ਬਖਤੌਰ ਸਿੰਘ। ਤੇ ਮੇਰਾ ਨਾਂ ਸੁੱਖਾ ਜੀ। ਇਹ ਬਾਬੂ ਹੈ ਜੀ, ਬਾਬੂ ਖਾਨ। ਇਹ ਬੋਲ ਨਹੀਂ ਸਕਦਾ, ਗੂੰਗਾ ਹੈ ਇਹ। ਅਸੀਂ ਸਾਰੇ ਇਕੱਠੇ ਹੁੰਦੇ ਹਾਂ ਜੀ। ਵਧੀਆ ਗੱਲ ਹੈ, ਕੋਈ ਗੱਲ ਨਹੀਂ, ਉੱਠ ਰਹਿਣ ਦੋ ਆਪਣੇ ਜਵਾਨ ਨੂੰ। ਚੇਅਰਮੈਨ, ਮੁੰਡੇ ਸਾਰੇ ਹੀ ਕੰਮ ਦੇ ਨੇ। ਹਾਂ ਕਾਲੀ। ਹਾਂ ਕਿਵੇਂ ਆ? ਹਾਂ ਹਾਂ ਜੋਰਾ ਠੀਕ ਹੈ। ਜਮਾ ਚੰਗਾ, ਖਿਆਲ ਰੱਖਿਓ। ਲੰਗੜੇ ਘੋੜੇ ਪੇ ਸ਼ਰਤੇ ਲਗਾ ਰਹੀ ਹੈ ਤੇਜਾ ਬਾਈ। ਓ ਬੋਗੇ ਬਾਈ ਕਿੱਥੇ? ਪਤਾ ਨੀ ਬਾਈ ਜੀ, ਅੱਜ ਆਏ ਨੀ ਇੱਧਰ। ਓ ਹਾਂ ਬਾਈ, ਸੰਨੀ ਦਿਓਲ, ਉਹ ਤੈਨੂੰ ਬਗੇਲਾ ਲੱਭਦਾ ਸੀ, ਤੂੰ ਮਿਲਿਆ ਹੀ ਨੀ। ਉਹ ਤੈਨੂੰ ਕਿੱਥੇ ਮਿਲ ਗਿਆ? ਹੋ ਮੈਂ ਤਾਂ ਸੁਣਿਆ ਹੋ ਕੰਨਾਂ ਵਾਲੇ ਡਾਕਟਰ ਦੇ ਦਾਖਲਾ। ਤੁਹਾਨੂੰ ਪਤਾ ਨੀ ਤੁਸੀਂ ਕਿਹੜੀ ਕਲਾੜੀ ਚ ਹੱਥ ਦੇ ਲਿਆ। ਜਿੰਨਾ ਚਿਰ ਸਿਰ ਤੋਂ ਲੈ ਕੇ ਪੈਰਾਂ ਤੱਕ ਪੀੜੇ ਨੀ ਨਾ ਜਾਂਦੇ, ਉਨਾ ਚਿਰ ਖੇੜਾ ਨਹੀਂ ਛੁੱਟਣਾ। ਸਮਝਿਆ ਕਿ ਨਹੀਂ? ਸ਼ੇਰਿਆ, ਜੇ ਕੁੱਤੇ ਦਾ ਨਾਂ ਸ਼ੇਰ ਰੱਖ ਦੀਏ ਨਾ ਤਾਂ ਉਹ ਜੰਗਲ ਦਾ ਰਾਜਾ ਨਹੀਂ ਬਣ ਜਾਂਦਾ, ਰਹਿੰਦਾ ਕੁੱਤਾ ਹੀ ਆ। ਤੇ ਬਘੇਲੇ ਅਰਗਿਆਂ ਅੱਗੇ ਤੇਰੀ ਕੀ ਔਕਾਤ ਆ ਨਾ, ਇਹ ਮੈਂ ਚੰਗੀ ਤਰ੍ਹਾਂ ਜਾਣਦਾ। ਉਹੀ ਮੈਂ ਸੋਚਦਾ, ਕਿਤੇ ਆਪਣਾ ਪਤਾ ਤਾਂ ਨਹੀਂ ਲੱਗਾ ਬਾਈ ਤੇਜੇ ਨੂੰ। ਜੋਰਾ, ਹੁਣ ਤਾਂ ਅੱਡੀ ਤੇ ਪਾਣੀ ਆਉਂਦਾ ਗੱਭਰੂ ਦੇ। ਬੱਲੇ ਹੋਏ ਸ਼ੇਰਾ, ਮੈਂ ਤੈਨੂੰ ਉਡੀਕੀ ਜਾਂਦਾ ਸੀ। ਬਸ ਜੋਰਿਆ, ਅੱਜ ਤੂੰ ਇੱਥੇ ਤੱਕ ਹੀ ਚੜ ਸਕਦਾ, ਕਿਉਂਕਿ ਤੇਰੀ ਤੇ ਮੇਰੀ ਵਿਚਾਲੀ ਪੌੜੀ ਤੇ ਸ਼ੇਰਾ ਰਠੌਰ ਖੜਾ ਹੈ। ਕਰ ਦੇ ਪਾਸੇ ਤੇ ਲੱਗ ਜਾ ਇੱਕ ਨਾਲ। ਠੀਕ ਹੈ ਬਾਈ, ਤਾਂ ਮੇਰੀ ਵੀ ਇੱਕ ਸ਼ਰਤ ਆ, ਨਾ ਮੈਂ ਨਸ਼ਾ ਵੇਚੂੰਗਾ ਤੇ ਨਾ ਵੇਚਣ ਦਿਉਂਗਾ। ਅੱਛਾ, ਇਧਰੋਂ ਸ਼ੇਰੇ ਦੇ ਸਾਹ ਬੰਦ ਤੇ ਉਧਰੋਂ ਨਸ਼ਿਆਂ ਦਾ ਕਾਰੋਬਾਰ ਠੱਪ। ਜੋਰਾ, ਬਾਕੀ ਗੱਲਾਂ ਤਾਂ ਤੇਰੀਆਂ ਠੀਕ ਆ ਜੋਰਿਆ, ਪਰ ਯਾਰ ਬੰਦਾ ਮਾਰਨਾ ਬਹੁਤ ਔਖੀ ਗੱਲ ਹੈ ਬਾਈ। ਇੱਕ ਨਹੀਂ ਮਾਰਨਾ ਬਾਈ, ਤਿੰਨ ਮਾਰਨੇ ਆ। ਪਰ ਜੇ ਤੂੰ ਮੇਰਾ ਸਾਥ ਨਹੀਂ ਦੇ ਸਕਦਾ ਨਾ ਤਾਂ ਮੁੜ ਜਾ ਘਰ ਨੂੰ। ਤੂੰ ਤਾਂ ਬੜੇ ਆਰਾਮ ਨਾਲ ਕਹਿਤਾ ਬਾਈ ਕਿ ਘਰ ਨੂੰ ਮੁੜ ਜਾ, ਪਰ ਪਿੱਛੇ ਘਰ ਹੈ ਕਿੱਥੇ? ਘਰ ਪਿੱਛੇ ਨਹੀਂ ਬਾਈ, ਘਰ ਅੱਗੇ ਹੋਊਗਾ। ਤੇ ਆਪਣੇ ਘਰ ਤੇ ਲੈਂਟਰ ਪਾਉਣ ਖਾਤਰ ਨਾ ਮੈਂ ਸਾਰੀ ਦੁਨੀਆਂ ਦੇ ਸਿਰ ਤੇ ਬੱਠਲ ਚੁਕਾ ਦੂੰ।
ਅੱਜ ਮੈਂ ਪਹਿਲੀ ਵਾਰੀ ਰਿਵਾਲਵਰ ਹੱਥ 'ਚ ਫੜਿਆ ਸੀ ਮੇਰਾ ਸਾਰਾ ਸਰੀਰ ਕੰਬੀ ਜਾਂਦਾ ਸੀ ਇਹ ਹਥਿਆਰ ਵੀ ਬੜੀ ਕਾਇਮ ਚੀਜ਼ ਹੈ ਮੇਰੇ ਅਰਗੇ ਲੰਡੂ ਬੰਦੇ ਨੂੰ ਵੀ ਧੂਣਾ ਕਰ ਦਿੰਦਾ ਤੇ ਉਸ ਰਾਤ ਤੇਜੇ ਬਾਈ ਦੇ ਆਏ ਇੱਕ ਫੋਨ ਨੇ ਸਾਨੂੰ ਸਾਰਿਆਂ ਨੂੰ ਜੁਰਮ ਦੀ ਜਰਨੈਲੀ ਸੜਕ ਤੇ ਚੜਾਤਾ ਇਹ ਕਤਲ ਤੂੰ ਨਹੀਂ ਕੀਤੇ ਤੂੰ ਤਾਂ ਹਥਿਆਰ ਸੀ ਤੇ ਹੱਥ ਤੇਜੇ ਡਰਾਈਵਰ ਦਾ ਸੀ ਕਾਤਿਲ ਤਾਂ ਉਹ ਹੁੰਦਾ ਹੈ ਜਿਹਦੀ ਸੋਚ ਚ ਕਤਲ ਜਨਮ ਲੈਂਦਾ ਬਿਜਲੀ ਗੱਲ ਤਾਂ ਜਾਣਦੇ ਨਹੀਂ ਸੀ ਪਰ ਅਸੀਂ ਪੁਲਿਸ ਤੇ ਕਾਨੂੰਨ ਦੋਹਾਂ ਨਾਲ ਮਿਲ ਕੇ ਖੇਡ ਰਹੇ ਸੀ ਤੇ ਆਖਰ ਸਾਰਾ ਕੁਛ ਗਿਣੇ ਮਸੇ ਅਨੁਸਾਰ ਹੀ ਹੋਇਆ ਜੋਰੇ ਦੀ ਜ਼ਮਾਨਤ ਹੋ ਗਈ ਬਾਈ ਜੀ ਹਣੀ ਬੋਲਦਾ ਜੀ ਬੋਲ ਮੈਂ ਫੇਸਬੁੱਕ ਪੇਜ ਬਣਾਇਆ ਜੀ ਬਾਈ ਜੋਰੇ ਦਾ ਅੱਛਾ ਜੋਰਾ ਬਾਈ ਗਰੁੱਪ ਮੈਂ ਜੀ ਇਹ ਪੇਜ ਚਲਾ ਲਵਾਂ ਜੀ ਚਲ ਚਲਾ ਦੇਖਦੇ ਆ ਕੀ ਕਹਿੰਦੀ ਤੇਰੀ ਫੇਸਬੁੱਕ ਮਡੀਰ ਹੁਣ ਜੋਰੇ ਨੂੰ ਜੋਰੇ ਬਾਈ ਦੇ ਨਾਂ ਨਾਲ ਜਾਣਦੀ ਸੀ ਪਰ ਉਹ ਜੇਲ੍ਹ ਚੋਂ ਜੋ ਬਣ ਕੇ ਨਿਕਲਿਆ ਉਹ ਅਸੀਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਜੱਗੇ ਬਾਈ ਨੇ ਉਹਨੂੰ ਚੰਡ ਕੇ ਭੇਜਿਆ ਸੀ ਪਹਿਲਾਂ ਤਾਂ ਇਹ ਤੈਅ ਕਰੋ ਤੁਹਾਡਾ ਗੁੱਸਾ ਹੈ ਕੀ ਦੇਖਣਾ ਇਸ ਸਿਸਟਮ ਦੇ ਜਾਂ ਉਹਨਾਂ ਲੋਕਾਂ ਦੇ ਜਿਹਨਾਂ ਨਾਲ ਤੁਹਾਡੀ ਜ਼ਾਤੀ ਦੁਸ਼ਮਣੀ ਹੈ ਜੇ ਸਿਸਟਮ ਬਦਲਣਾ ਚਾਹੁੰਦੇ ਹੋ ਤੇ ਫਿਰ ਹਥਿਆਰ ਨਾ ਬਣੋ ਗੁੰਡੇ ਤੇ ਗੁਰੀਲੇ 'ਚ ਬੜਾ ਫਰਕ ਹੁੰਦਾ ਹੈ ਇਸ ਜੁਰਮ ਦੀ ਦੁਨੀਆਂ 'ਚ ਤੇਰਾ ਅੰਜਾਮ ਤਾਂ ਤੇਰੇ ਆਗਾਜ਼ ਨੇ ਤੈਅ ਕਰ ਦਿੱਤਾ ਸੀ ਜੇ ਲੰਬੀ ਦੌੜ ਦੌੜਨਾ ਚਾਹੁੰਦਾ ਤਾਂ ਮੈਦਾਨ ਬਦਲ ਲੈ ਕਹਿੰਦੇ ਨੇ ਗੁੰਡਿਆਂ ਦੀ ਆਖਰੀ ਪਨਾਹ ਰਾਜਨੀਤੀ ਹੁੰਦੀ ਹੈ ਛੋਟੀ ਮੋਟੀ ਗੱਲ ਨੀ ਨਾ ਹੀ ਉਹ ਮੁੰਡਾ ਹੁਣ ਕੋਈ ਆਮ ਆਟੋ ਰਿਕਸ਼ੇ ਵਾਲਾ ਜੀ ਸਾਡੇ ਹੁੰਦੇ ਹੱਕ ਨਹੀਂ ਉਹ ਕਿਸੇ ਹੋਰ ਨੂੰ ਪਹਿਲੀ ਅਖਵਾਉਣ ਦਾ ਹੋਵੇਲੀ ਅਖਵਾਉਣ ਦਾ
ਮਾਲਾ ਕਦੇ ਸਾਫ ਹੀ ਨਹੀਂ ਕੀਤਾ ਇੰਨਾ ਖਰਾਬ ਬਾਈ ਜੀ ਮੈਂ ਜਵਾਲਾ ਬੋਲ ਰਿਹਾ ਹਾਂਜੀ ਲਾਲਾ ਜੀ ਬੋਲੋ ਕਾਕਾ ਜੀ ਨੂੰ ਮਿਲਣਾ ਸੀਗਾ ਹੋਲਡ ਕਰੋ ਜੁਰਿਆ ਜਵਾਲੇ ਚੌਧਰੀ ਦਾ ਫੋਨ ਹੈ ਮਿਲਣ ਨੂੰ ਕਹਿੰਦਾ ਜਵਾਬ ਦੇ ਦਿਆਂ ਦੱਸੋ ਲਾਲਾ ਜੀ ਕਿਵੇਂ ਆਉਣੇ ਹੋਏ ਤੋਰੋ ਫਿਰ ਗੱਲ ਭਾਈ ਜੀ ਤੁਹਾਨੂੰ ਦੱਸਿਆ ਤਾਂ ਸੀਗਾ ਬਸ ਕਾਕਾ ਜੀ ਦੇ ਦਰਸ਼ਨ ਨੂੰ ਰੂਹ ਲੋਚਦੀ ਸੀ ਵੇਖਣਾ ਚਾਹੁੰਦਾ ਸੀ ਕਿ ਜਿਹਦੇ ਨਾਂ ਦਾ ਢੋਲ ਪੂਰੇ ਇਲਾਕੇ 'ਚ ਵੱਜ ਰਿਹਾ ਜਵਾਨ ਹੈ ਕਿੱਦਾਂ ਦਾ ਲਾਲਾ ਇਹ ਤਾਂ ਸਾਨੂੰ ਵੀ ਪਤਾ ਵੀ ਤੂੰ ਜੋਰੇ ਦਾ ਸਿਹਰਾ ਪੜਨ ਤਾਂ ਇੱਥੇ ਆਇਆ ਨਹੀਂ ਅਸਲ ਗੱਲ ਦੱਸ ਵਿੱਚੋਂ ਅਸਲ ਗੱਲ ਲੈ ਸੁਣੋ ਫਿਰ ਅਸਲ ਗੱਲ ਕਾਕਾ ਜੀ ਤੁਹਾਡੀ ਤੂਤੀ ਚੰਡੀਗੜ੍ਹ ਤੱਕ ਬੋਲੀ ਹੋਈ ਹੈ ਸਰਦਾਰ ਜੀ ਨੇ ਆਪ ਪੁੱਛਿਆ ਮੈਨੂੰ ਉਹ ਛੋਟੇ ਸਰਦਾਰ ਜੀ ਦੇ ਪੀਏ ਦਾ ਫੋਨ ਆਇਆ ਸੀ ਉਹਨੇ ਤਾਂ ਗੱਲ ਹੀ ਬਹੁਤ ਵੱਡੀ ਕਰਤੀ ਅੱਛਾ ਕੀ ਛੋਟੇ ਸਰਦਾਰ ਜੀ ਕਹਿੰਦੇ ਆ ਕਿ ਮੁੰਡੇ ਨੂੰ ਪੰਜਾਬ ਪਾਰਟੀ ਜੁਆਇਨ ਕਰਾਓ ਐਤਕੀ MLA ਬਣਾ ਦੇਣੇ ਬਠਿੰਡਾ ਸੀਟ ਤੋਂ ਆ ਲਓ ਗੱਡੀ ਚ ਪਏ ਨੇ ਦੋ ਕਰੋੜ ਬਾਕੀ ਜਿੱਦਾਂ ਤੁਸੀਂ ਕਹੋਗੇ ਕਰ ਲਾਂਗੇ ਲਾਲਾ ਵੋਟਾਂ ਚ ਖੜੇ ਵੀ ਹੋਵਾਂਗੇ ਤੇ MLA ਵੀ ਬਣਾਂਗੇ ਪਰ ਆ ਤੇਰੇ ਸਰਦਾਰ ਸਾਨੂੰ ਬਾਲੇ ਪਸੰਦ ਨਹੀਂ ਨਾ ਇਹਨਾਂ ਦਾ ਰਾਜ ਤੇ ਨਾ ਇਹਨਾਂ ਦੀ ਨੀਤੀ ਵਾਹ ਵਾਹ ਕਾਕਾ ਜੀ ਵਾਹ ਸਮੇਂ ਦੀ ਸਰਕਾਰ ਨੂੰ ਇੰਨਾ ਕੋਰਾ ਜਵਾਬ ਦੇਣਾ ਕਿਸੇ ਦਿਲ ਗੁਰਦੇ ਵਾਲੇ ਬੰਦੇ ਦਾ ਹੀ ਕੰਮ ਹੈ ਪਰ ਇਹ ਗੱਲ ਹੋਰ ਸੁਣੋ ਖੁਸ਼ ਤੁਹਾਡੇ ਤੋਂ ਪੰਡਿਤ ਜੀ ਵੀ ਬਹੁਤ ਨੇ ਹਿੰਦੁਸਤਾਨ ਪਾਰਟੀ ਵਾਲੇ ਸਿੱਧੀ ਗੱਲ ਹੋਈ ਹੈ ਮੇਰੀ ਭੇਜੋ ਮੁੰਡਾ ਕਰੋ ਭਾਰ ਹਲਕਾ ਉਧਰੋਂ ਬਣਾ ਦੇਣੇ MLA ਲਾਲਾ ਪਹਿਲਾਂ ਐਂ ਦੱਸ ਬਈ ਤੂੰ ਤੱਲਾ ਕਿਹਦਾ ਪੰਡਤਾਂ ਦਾ ਕਿ ਸਰਦਾਰਾਂ ਦਾ ਵੈਸੇ ਕਿ ਗੱਲ ਕਹਾਂ
ਨਾ ਮੈਂ ਸਰਦਾਰਾਂ ਦਾ ਦੱਲਾ ਹੈ ਤੇ ਨਾ ਹੀ ਪੰਡਤਾਂ ਦਾ। ਲਾਲਾ ਦੱਲਾ ਹੈ ਪਾਵਰ ਦਾ, ਸੱਤਾ ਦਾ। ਜਿਹਦੇ ਹੱਥ ਪਾਵਰ, ਲਾਲਾ ਉਹਦਾ ਦੱਲਾ। ਕੁੱਤੀ ਸ਼ਹਿ ਆ ਲਾਲਾ, ਪਰ ਅੱਜ ਤੇਰਾ ਵਾਹ ਨਾ ਲੱਟਰ ਕੁੱਤੇ ਕੁੱਟਣੀ ਮੰਡੀਰ ਨਾਲ ਪੈ ਗਿਆ। ਤੈਨੂੰ ਤੇ ਤੇਰੇ ਸਰਦਾਰਾਂ ਪੰਡਤਾਂ ਨੂੰ ਚੋਣਾਂ ਲੜ ਕੇ ਵੀ ਵਿਖਾਵਾਂਗੇ ਤੇ ਜਿੱਤ ਕੇ ਵੀ ਵਿਖਾਵਾਂਗੇ। ਆ ਹੋਈ ਨਾ ਗੱਲ, ਉਮਰ ਚ ਮੈਂ ਤੁਹਾਡੇ ਨਾਲੋਂ ਵੱਡਾ ਹੈ, ਪਰ ਤੁਹਾਡੀ ਆਹ ਗੱਲ ਸੁਣ ਕੇ ਨਾ ਪੈਰ ਛੂਣ ਨੂੰ ਜੀ ਕਰਦਾ ਹੈ। ਇੱਕ ਗੱਲ ਹੋਰ, ਮੈਂ ਚੰਗੀ ਤਰ੍ਹਾਂ ਜਾਣਦਾ ਤੁਸੀਂ ਚਾਹੇ ਜਿਹੜੀ ਮਰਜ਼ੀ ਪਾਰਟੀ ਵੱਲੋਂ ਖੜੇ ਹੋਵੋ, ਚਾਹੇ ਆਜ਼ਾਦ ਖੜੇ ਹੋਵੋ, ਜੇ ਤਾਂ ਤੁਹਾਡੀ ਹੀ ਹੋਣੀ ਹੈ। ਅੱਜ ਦੀ ਤਰੀਕ ਚ ਬਠਿੰਡੇ ਚ ਤੁਹਾਨੂੰ ਕੋਈ ਨਹੀਂ ਹਰਾ ਸਕਦਾ। ਮੇਰੇ ਵੱਲੋਂ ਜੋ ਮੁੰਡਾ ਕਰੋ ਮੇਰਾ ਭਾਰ ਹਲਕਾ। ਨਾ ਲਾਲਾ, ਜੇ ਗੱਲ ਇੱਥੇ ਲੈ ਮੁਕਾਉਣੀ ਸੀ ਤਾਂ ਕੰਜਰ ਦਿਆ ਕੱਟੀਆਂ ਬੱਚੀਆਂ ਜਾਂ ਹੋਰ ਕਿਲਿਆਂ ਦਿਆਂ ਵੀ ਮੰਨੀ ਗਿਆ। ਸਿੱਧੀ ਆਹ ਗੱਲ ਕਰਦਾ ਖਾਂ। ਉਹ ਬਾਈ ਜੀ, ਉਹਨਾਂ ਕੰਪਨੀਆਂ ਦੀ ਵੀ ਤਾਂ ਮਸ਼ਹੂਰੀ ਕਰਨੀ ਪੈਂਦੀ ਹੈ ਨਾ ਜਿੰਨਾਂ ਦੇ ਅਸੀਂ ਏਜੰਟ ਹੈ। ਕਾਕਾ ਜੀ, ਮੇਰਾ ਪੈਸਾ ਤੇ ਤੁਹਾਡਾ ਕੰਮ, ਬਾਕੀ ਮਾਤਾ ਰਾਣੀ ਬਰਕਤ ਪਾਓ ਆਪਣੇ ਬਿਜ਼ਨਸ 'ਚ। ਅਸੀਂ ਦਿਲ ਨੂੰ ਕਿਹਾ ਜ਼ਰਾ ਰੁੱਕ, ਪਹਿਲਾਂ ਸਾਨੂੰ ਮੁਰਾਦ ਨਾਲ ਤਾਂ ਗੱਲ ਕਰਨ ਦੇ। ਮੇਰੇ ਨਾਲ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ। ਮੇਰੇ ਅਸਮਾਨ ਤੋਂ ਤਾਂ ਸਾਰੇ ਤਾਰੇ ਉਦੋਂ ਹੀ ਝੜ ਗਏ ਸੀ ਜਦੋਂ ਮੈਂ 7 ਸਾਲਾਂ ਦਾ ਸੀ, ਤੇ ਬਾਅਦ ਚ ਚੰਨ ਤੇ ਸੂਰਜ ਮੈਂ ਆਪ ਭੰਨ ਤੇ। ਮੇਰੀ ਜ਼ਿੰਦਗੀ ਚ ਤਾਂ ਦਿਨ ਚ ਵੀ ਰਾਤ ਹੀ ਰਹਿੰਦੀ ਆ। ਇਸ ਕਾਲੀ ਰਾਤ ਚ ਤੇਰੇ ਸੁਪਨਿਆਂ ਨੂੰ ਕੁਛ ਨੀ ਦਿਸਣਾ। ਰਾਤ ਤੇ ਰਾਤ ਰਾਣੀ ਦੀ ਖੂਬ ਨਿਭੇਗੀ ਫਿਰ ਤਾਂ। ਮੇਰੇ ਹੱਥਾਂ ਚ ਹਥਿਆਰ ਨੇ, ਚੂੜੇ ਵਾਲੀ ਬਾਂਹ ਫੜਨ ਨੂੰ ਵੇਲੇ ਨੀ ਮੇਰੇ ਹੱਥ। ਤੂੰ ਫੋਨ ਨਾ ਕਰਿਆ ਕਰ, ਮੈਂ ਕਿਸੇ ਹੋਰ ਬਸਤੀ ਦਾ ਵਾਸੀ ਆ। ਨਹੀਂ ਜਨਾਬ, ਮੈਂ ਗੱਡੀ ਤੱਕ ਛੱਡ ਕੇ ਆਊਂਗਾ ਜੀ। ਜੀ ਸਕਦਾ ਜੇ ਤੁਹਾਡੀ ਬਦਲੀ ਨਾ ਹੁੰਦੀ ਤਾਂ ਮੇਰੇ ਸਟਾਰ ਕਿਵੇਂ ਲੱਗਣਾ ਸੀ। ਕੋਈ ਗੱਲ ਨਹੀਂ ਜਗਤਾਰ ਸਿੰਘ, ਕਦੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ। ਜੋਰਾ ਆਇਆ। ਆਪਣਾ ਜੋਰਾ? ਹਾਂ ਚਾਚਾ, ਤੁਹਾਡਾ ਜੋਰਾ। ਉਹ ਕਿਵੇਂ ਚਾਚਾ, ਬੜੀ ਢੇਰੀ ਜੀ ਢਾਈ ਬੈਠਾ ਹੈ, ਹੈ ਤਕੜਾ ਹੋ? ਹਾਂ ਭਾਈ, ਹੁਣ ਤਾਂ ਢੇਰੀ ਢਹਿ ਨਹੀਂ ਹੋਈ ਦੀਪਿਆ, ਪਰ ਮੈਨੂੰ ਤਾਂ ਆਹ ਸਮਝ ਨਹੀਂ ਆਉਂਦੀ ਕਿ ਮੇਰੀ ਜਾਨ ਸਾਲੀ ਹੱਡੀਆਂ ਦੀ ਮੁੱਠੀ ਚ ਅੜੀ ਕਿੱਥੇ ਬੈਠੀ ਹੈ। ਉਹ ਕੋਈ ਨੀ ਕੋਈ ਨੀ ਚਾਚਾ, ਫਿਕਰ ਨਾ ਕਰਿਆ ਕਰ।
ਪਤਾ ਨਹੀਂ ਇਸ ਮਾਂਵਾਰੀ ਦਾ ਸੰਸਾ ਹੀ ਮੈਨੂੰ ਮਰਨ ਨਹੀਂ ਦਿੰਦਾ। ਇਹ ਬਾਹਰੋਂ ਉੱਠੇ ਤਾਂ ਮੇਰੀ ਜਾਨ ਨਿਕਲੇ, ਪਰ ਇਹ ਬਾਹਰੋਂ ਉੱਠੇ ਕਿਵੇਂ? ਤੂੰ ਹਾਂ ਗੱਲ ਨਾ ਕਹਿ ਚਾਚਾ, ਮੈਂ ਹੈਗਾ ਨਾ, ਤੂੰ ਤਕੜਾ ਹੋ, ਆਪਾਂ ਵਧੀਆ ਵਿਆਹ ਕਰਾਂਗੇ ਕਾਲੀ ਦਾ। ਦੀਪੇ ਬਾਈ ਤਗੜਾ ਹੋ ਤੂੰ। ਲੈ ਚਾਚਾ, ਆ ਤੇਰੇ ਇਲਾਜ ਵਾਸਤੇ ਹੈ। ਚੰਗਾ ਚੱਲਦੇ ਹੈਂ। ਜਿਉਂਦੇ ਰਹੋ ਪੁੱਤ, ਹਿੰਮਤ ਰੱਖਿਆ ਕਰ। ਚੰਗਾ ਕਾਲੀ, ਰੱਬ ਤੁਹਾਨੂੰ ਲੰਮੀਆਂ ਉਮਰਾਂ ਦੇਵੇ ਪੁੱਤ, ਰੱਬ ਤੁਹਾਨੂੰ ਲੰਮੀਆਂ ਉਮਰਾਂ ਦੇਵੇ। ਚੰਡੀਗੜ੍ਹ ਨੂੰ ਨਿਕਲਣਾ, ਆਜੋ। ਕੰਜਰ ਦੇ ਫੇਸਬੁੱਕ ਵਾਲੇ ਹੋ, ਹੈ ਜੋਰਿਆ? ਯਾਰ ਮੁੰਡੇ ਆਇਆ ਤੈਨੂੰ ਮਿਲਣ, ਕਹਿੰਦੇ ਫੋਟੋ ਕਰਾਉਣੀ ਹੈ ਘਰੇ। ਯਾਰ ਇਹਨਾਂ ਦਾ ਚਾਅ ਪੂਰਾ। ਬਾਈ ਜੀ ਸਤਿ ਸ੍ਰੀ ਅਕਾਲ, ਅਸੀਂ ਤੁਹਾਡੇ ਸਾਰੇ ਸਪੋਰਟਰ ਆ ਜੀ। ਇੱਥੇ ਕੀ ਕਰਨਾ ਹੈ? ਤੁਹਾਡੇ ਫੈਨ ਆ ਜੀ, ਬਸ ਮੁੱਛਾਂ ਵੀ ਰੱਖੀਆਂ ਤੁਹਾਡੇ ਵਰਗੀਆਂ। ਤੁਹਾਨੂੰ ਇਹ ਸਭ ਕੀ ਲੱਗਦਾ? ਕੇ ਸਾਡੀ ਦੁਨੀਆ ਸੱਪ ਦੀ ਖਾਡਾ ਛੋਟਿਆ ਇਹ। ਇੱਥੇ ਸੱਪ ਹੀ ਵੜ ਸਕਦਾ। ਸੱਪ ਹੀ ਨਿਕਲ ਸਕਦਾ। ਚੂਹੇ ਚ ਚੁੰਦਰਾਂ ਇਹਦੇ ਚ ਵੜ ਤਾਂ ਜਾਂਦੇ ਨੇ, ਪਰ ਨਿਕਲ ਨਹੀਂ ਸਕਦੇ। ਕੋਈ ਨੀ ਜੋਰਿਆ, ਜਵਾਕ ਨੇ, ਇੰਨਾ ਲੰਮਾ ਕਿੱਥੇ ਸੋਚਦਾ ਹੈ। ਉਹ ਤੇਰੀਆਂ ਗੱਲਾਂ ਨਾਲ ਹਲਟ ਫੇਲ ਹੋ ਜੂ ਇਹਨਾਂ ਦਾ। ਇਹ ਗੱਲ ਨੀ ਦੀਪੇ ਬਾਈ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਚੰਗਾ ਕੌਣ ਆ ਤੇ ਮਾੜਾ ਕੌਣ। ਆਓ ਕਰਾ ਲਓ ਫੋਟੋ। ਮੱਥਾ ਟੇਕਦਾ ਬਾਈ ਜੀ। ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ, ਜੰਗ ਦੇ ਮੈਦਾਨ 'ਚ ਤਲਵਾਰ ਨਾਲ ਢਾਲ ਵੀ ਜ਼ਰੂਰੀ ਹੁੰਦੀ ਹੈ। ਡੀਜੀਪੀ ਪੰਜਾਬ ਮੇਰਾ ਦੋਸਤ ਹੈ, ਮੈਂ ਚਾਹੁੰਦਾ ਤੂੰ ਜਾ ਕੇ ਉਹਨੂੰ ਮਿਲ ਲੈ। ਜੀ ਬਾਈ ਜੀ। ਜੇ ਬਾਈ ਜੀ ਨੇ ਤੈਨੂੰ ਭੇਜਿਆ ਕਾਕਾ, ਤਾਂ ਇਸਦਾ ਮਤਲਬ ਹੈ ਇਹ ਕੰਮ ਸਿਰਫ ਤੂੰ ਹੀ ਕਰ ਸਕਦਾ ਹੈ। ਸਿੱਧਾ ਮੁੱਦੇ ਦੀ ਗੱਲ ਕਰਦੇ ਹਾਂ, ਮੇਰੇ ਬਾਰੇ ਤਾਂ ਤੂੰ ਜਾਣ ਹੀ ਚੁੱਕਾ ਕਿ ਪੰਜਾਬ ਪੁਲਿਸ ਦੇ ਡੀਜੀਪੀ ਦੀ ਕੀ ਪਾਵਰ ਹੁੰਦੀ ਹੈ। ਇਸ ਦੇ ਬਾਵਜੂਦ ਇਸ ਕੰਮ ਲਈ ਮੈਂ ਤੇਰੀ ਮਦਦ ਲੈ ਰਿਹਾ ਹਾਂ। ਕੰਮ ਇਹ ਆ, ਬਾਦਰ ਰੋਡ 'ਤੇ ਮੇਰੀ ਜਵਾਈ ਦੀ ਕੁਛ ਜ਼ਮੀਨ ਹੈ ਜਿਸ ਦੀ ਕੀਮਤ ਓਪਨ ਮਾਰਕੀਟ 'ਚ ਤਕਰੀਬਨ 100 ਕਰੋੜ ਰੁਪਏ ਆ। ਜਿਸ ਕੰਪਨੀ ਨੇ ਇਹ ਜ਼ਮੀਨ ਅਕਵਾਇਰ ਕੀਤੀ ਸੀ ਉਸ 'ਤੇ ਇੱਕ ਵੱਡੇ ਸਕੈਮ 'ਚ ਫਸ ਜਾਣ ਕਾਰਨ ਉੱਥੇ ਹੋਣ ਵਾਲਾ ਕੰਮ ਬੰਦ ਪਿਆ ਹੈ। ਖਾਲੀ ਪਈ ਜ਼ਮੀਨ 'ਤੇ ਭੂਮੀ ਮਾਫੀਏ ਨੇ ਕਬਜ਼ਾ ਕਰ ਲਿਆ। ਤੂੰ ਉਹ ਜ਼ਮੀਨ ਛਡਾਉਣੀ ਆ, ਜੋ ਮਰਜ਼ੀ ਕਰ, ਤੈਨੂੰ ਜੋ ਚਾਹੀਦਾ ਮੈਨੂੰ ਦੱਸ। ਮੈਨੂੰ ਕੁਛ ਨਹੀਂ ਚਾਹੀਦਾ ਡੀਜੀਪੀ ਸਾਹਿਬ, ਬਸ 2 ਘੰਟੇ ਪੁਲਿਸ ਨਹੀਂ ਆਉਣੀ ਚਾਹੀਦੀ।
ਡਨ। ਬਹੁਤ ਧੱਕਾ ਹੋ ਗਿਆ। ਉਹ ਸਾਡੀ 100 ਕਰੋੜ ਦੀ ਜ਼ਮੀਨ ਜੋਰਾ ਵਰਾ ਨੇ ਦੱਬ ਲਈ ਜੀ। ਆ ਬਾਦਲ ਪਿੰਡ ਵਾਲੀ ਸੜਕ ਤੇ ਹੈ, ਸਾਡੇ ਬੰਦਿਆਂ ਨੂੰ ਕੁੱਟ ਕੇ ਭਜਾਤਾ ਜੀ। ਬਸ ਸਾਨੂੰ ਤਾਂ ਬਸ ਤੁਹਾਡੀ ਮਦਦ ਦੀ ਲੋੜ ਹੈ। ਤੁਸੀਂ ਸਾਨੂੰ ਸਾਡੀ ਜ਼ਮੀਨ ਵਾਪਸ ਕਰਾਈ ਜੀ। ਕੀ ਗੱਲ ਕਰਦੇ ਹੋ ਤੁਸੀਂ? ਮੈਂ ਉਸੇ ਜ਼ਮੀਨ ਦੀ ਗੱਲ ਕਰਦਾ ਜਿਹਦਾ ਤੁਸੀਂ DGP ਦੇ ਜਵਾਈ ਨੂੰ ਕਬਜ਼ਾ ਦਵਾਇਆ। ਭਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ, ਪਰ ਸਾਨੂੰ ਇਹ ਦੋਵੇਂ ਚਾਹੀਦੇ ਨੇ। ਇਹ ਜਿਵੇਂ ਵੀ ਜਿੱਥੇ ਵੀ ਮਿਲਣਗੇ ਅਸੀਂ ਛੱਡਣੇ ਥੋੜੀ ਆ। ਮੈਂ ਦੇਖ ਰਿਹਾ ਤੇਰੀਆਂ ਨਵੀਆਂ ਉੱਚੀਆਂ ਉਡਾਰੀਆਂ। ਉਹ ਨਹੀਂ ਬਾਈ, ਐਸੀ ਕੋਈ ਗੱਲ ਨਹੀਂ। ਤੂੰ ਸਾਡਾ ਪਿਓ ਆ ਤੇ ਅਸੀਂ ਤੇਰੇ ਤੋਂ ਭੋਰਾ ਹੀ ਬਾਹਰ ਨਹੀਂ। ਇਹ ਜੋ ਹੋਣਾ ਸੀ ਹੋ ਗਿਆ, ਹੁਣ ਹੁਕਮ ਕਰ। ਵੋਟਾਂ ਨੇ ਟਰੱਕ ਯੂਨੀਅਨ ਦੀਆਂ, ਤੂੰ ਜਾਈ ਨਾ ਕਿਤੇ, ਇੱਥੇ ਰਹੀ। ਨਾ ਬਾਈ ਜੀ, ਜੋਰੇ ਨੂੰ ਤਾਂ ਚੰਡੀਗੜ੍ਹ ਜਾਣਾ ਪੈਣਾ, ਮੈਂ ਰਹੂ ਤੁਹਾਡੇ ਕੋਲੇ। ਸੁੱਖੇ ਤੇ ਭਗਤੌਰੇ ਨੂੰ ਵੀ ਰੱਖ ਲਾਂਗੇ ਆਪਾਂ। ਜੋਰੇ ਤੂੰ ਬਾਬੂ ਨੂੰ ਲੈ ਜੀ ਨਾਲ। ਤੂੰ ਕੀ ਕਹਿਣਾ ਜੋਰਿਆ? ਬਾਈ, ਜਾਣਾ ਤਾਂ ਪੈਣਾ ਹੀ ਆ ਮੈਨੂੰ ਚੰਡੀਗੜ੍ਹ। ਮਨਜੀਤੇ, ਤੈਨੂੰ ਤਾਂ ਪਤਾ ਹੀ ਆ ਬਈ, ਆਪਦੇ ਹੱਥੀ ਬੀਜੀ ਬਾਉਣੀ ਕਿੰਨੀ ਔਖੀ ਹੁੰਦੀ ਆ, ਤੈਨੂੰ ਤਾਂ ਪਤਾ ਹੀ ਆ। ਚੰਗਾ ਨਹੀਂ ਕੀਤਾ, ਜੱਟ ਬੰਜਰਾਂ ਚ ਮਾਰਤਾ ਬਗਾਨੇ। ਬਗਾਨੇ ਹੁੰਦੇ
आप देता ता होंदे जे टिड्डों जम्मे होंदे बगाने बगाने होंदे ने मंजित्या Come on, young man. Tenu dobara milke badi khushi ho rahi hai. Hune tere aun to pehla main Jagga Bhai ji ne gal kar reha si. Oh vi tere bare jaan ke bade khush ne. Bas ji. Unna da hi hatha sir te. Bhai ji dass rahe si ke tu rajniti ch jaan bare soch reha. Rajniti walyan da Chandigarh ch ghar hona bahut zaruri hai. ਇਹ ਕੋਠੀ ਕਿਵੇਂ ਲੱਗੀ ਅੱਜ ਤੋਂ ਇਹ ਕੋਠੀ ਤੇਰੀ ਹੈ ਕੰਮ ਦੇਖ ਕਾਕਾ ਕਿ ਰਾਤ ਦਾ ਹਨੇਰਾ ਹੈ ਕਿ ਮੈਂ ਤੇਰੇ ਨਾਲ ਹਾਂ ਪਰ ਦਿਨ ਦੇ ਉਜਾਲੇ ਚ ਅਸੀਂ ਇੱਕ ਦੂਜੇ ਨੂੰ ਨਹੀਂ ਜਾਣਦੇ ਫਿਰ ਵੀ ਮੇਰਾ ਪਰਸਨਲ ਨੰਬਰ ਤੇਰੇ ਕੋਲ ਹੈ जब भी चाहे फोन कर सकते हैं ओके हाय मार सुटिया हजूर किसे नु हथियार नाल मार देंदे हो फिर किसे नु सिर्फ बेरुखी नाल किथे आ तू इस वेले मैं आ रहा तेरे को ਆਪਦਾ ਪਤਾ ਦੱਸ ਮੈਨੂੰ ਤੁਹਾਨੂੰ ਸਾਡਾ ਪਤਾ ਪੁੱਛਣ ਦੀ ਕੀ ਜ਼ਰੂਰਤ ਹੈ ਇਸ ਸ਼ਹਿਰ ਦੀ ਹਰ ਸੜਕ ਤੁਹਾਡੇ ਕਦਮਾਂ ਹੇਠ ਵਿੱਚ ਵਿੱਚ ਕੇ ਤੁਹਾਨੂੰ ਸਾਡੇ ਤੀਕ ਲੈ ਆਏਗੀ ਅਸੀਂ ਤਾਂ ਤੁਹਾਡੇ ਲਈ ਸਾਰਾ ਘਰ ਰੋਸ਼ਨ ਕਰੀ ਬੈਠੇ ਹਾਂ ਇਹ ਗੱਲ ਤਾਂ ਬਰਦਾਸ਼ਤ ਨਹੀਂ ਹੋਈ ਇਹ ਕੱਲ ਦਾ ਛੋਕਰਾ ਸਾਡੇ ਸਿਰ ਤੇ ਆ ਕੇ ਲਲਕਾਰੇ ਮਾਰੇ ਦੇਖੋ ਚੌਧਰੀ ਸਾਹਿਬ ਜੋਰਾ ਚਾਹੇ ਸਾਡੇ ਅੰਨੀ ਆਵੇ ਚਾਹੇ ਸਰਦਾਰ ਬਣੀ ਜਾਵੇ ਪਰ ਇਹ ਤੀਜੀ ਧਿਰ ਖੜੀ ਕਰਨ ਵਾਲਾ ਕੰਮ ਤੱਕ ਸੁੱਤਾ ਹੈ ਨਾ ਸੌ ਮਾਤਾ ਰਾਣੀ ਦੀ ਜੋਰੇ ਨੇ ਸਾਫ ਸਾਫ ਮਨਾ ਕਰਤਾ ਹੈ ਲਾਲਾ ਜੀ ਸਾਡੀ ਸਪੈਸ਼ਲ ਡਿਊਟੀ ਲੱਗੀ ਹੈ ਇਸੇ ਕੰਮ ਵਾਸਤੇ ਜਾਂ ਤਾਂ ਤੁਸੀਂ ਸਾਰੇ ਮਿਲ ਕੇ ਇਹਦਾ ਕੋਈ ਹੱਲ ਕੱਢ ਲਓ ਜਾਂ ਫਿਰ ਸਾਰਾ ਕੁਛ ਸਾਡੇ ਤੇ ਛੱਡ ਦਿਓ ਇਹ ਮੁੰਡਾ ਤਾਂ ਹੁਣ ਅੜ ਕੇ ਖੜਾ ਹੋ ਗਿਆ ਨਵਾਂ ਖੂਨ ਹੈ ਗਰਮੀ ਜ਼ਿਆਦਾ ਹੈ ਅਕਲ ਘੱਟ ਹੈ ਕੀ ਕਰ ਸਕਦੇ ਕਰਕੇ ਹੋ ਨਹੀਂ ਸਕਦੇ ਉਹਦੇ ਗਰਮ ਖੂਨ ਦੇ ਨਾਲ ਨਾਲ ਸਰੀਰ ਵੀ ਠੰਡਾ ਕਰ ਸਕਦੇ ਹਾਂ ਜੇ ਜੋਰਾ ਆਜ਼ਾਦ ਖੜਾ ਹੋਣਾ ਚਾਹੁੰਦਾ ਹੈ ਤਾਂ ਉਹਨੂੰ ਮਾਰ ਦਿਓ ਠੀਕ ਹੈ ਜੇਕਰ ਇਹੀ ਫੈਸਲਾ ਹੈ ਤਾਂ ਫਿਰ ਆਪਾਂ ਕਰ ਦਿੰਦੇ ਹਾਂ ਪ੍ਰਬੰਧ ਨਾ ਦੱਸ ਕੇ ਜਾ ਕੌਣ ਮਾਰੂ ਚਾਲ ਸਾਹਿਬ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਇਹਨਾਂ ਨੇ ਵੀ ਰਿਪੋਰਟ ਦੇਣੀ ਹੈ ਉੱਤੇ ਭੋਲੀਆਂ ਗੱਲਾਂ ਕਰਦੇ ਹੋ ਤੁਸੀਂ ਉਹੀ ਮਾਰੂਗਾ ਜਿੰਨੇ ਉਹਨੂੰ ਪੈਦਾ ਕੀਤਾ ਤੇ ਚੌਲਕ ਉਹ ਕਿਵੇਂ ਮਾਰੂ ਉਹਨੂੰ ਉਹ ਤਾਂ ਉਹਦਾ ਖਾਸ ਬੰਦਾ ਹੈ ਭੋਲੇ ਹੀ ਰਹੇ ਨਾ ਤੁਸੀਂ ਫਿਰ ਜੋਰਾ ਜਦੋਂ ਜੇਲ੍ਹ ਚ ਛੁੱਟ ਕੇ ਆਇਆ ਉਹਦੀ ਚੜਾਈ ਜਿਹੜੀ ਹੋਈ ਹੈ ਉਹਦਾ ਸਭ ਤੋਂ ਵੱਡਾ ਨੁਕਸਾਨ ਕਿਹਨੂੰ ਹੋਇਆ ਤੇਜੇ ਨੂੰ ਕੋਈ ਕੀਮਤ ਨਹੀਂ ਰਹੀ ਉਹਦੀ ਬਿਲਕੁਲ ਠੀਕ ਕਹਿ ਰਹੇ ਨੇ ਲਾਲਾ ਜੀ ਸਰਦਾਰ ਸਾਹਿਬ ਬਿਲਕੁਲ ਠੀਕ ਪਾਂਡੇ ਜੀ ਬਹੁਤ ਗਹਿਰੀ ਚਾਲ ਹੈ ਲਾਲਾ ਜੀ ਦੀ ਚੱਕੋ ਫਿਰ ਲਓ ਜੀ
सरदार रघबीर सिंह ढिल्लों साढ़े बापू जी महाराजा जीन दा खानदान। मेरा ये सब गल्लां नाल कोई मतलब नहीं, ये सब गल्लां बेकार ने मेरे लिए। साढ़े वर्गे लोगों नूं थोड़े वर्गे लोगों ते सिर्फ कचीचियां ही आउंदियां ने, होर साडा कोई रिश्ता नहीं बन सकता। रूहां दे रिश्ते शर्तां दे मोहताज नहीं हुंदे हजूर, बरसात अंबर तो हुंदी है पर हुंदी तां धरती ते ही है ना। ए पानी अंबर ते धरती विचला प्यार है। मेरा प्यार तां मेरे घर दी छत दे पखे नाल फाहा लेके मर गया सी, हुण तां मेरे आस पास सिर्फ लाशां बसदियां ने। थोड़े आसे पासे जिउंदे जागदे लोग भी वसदे ने हजूर, सानू पता है तुसी तलवार हो ते असी थोड़ी म्यान आ। आओ साडे विच समा जाओ। हां जी भाई। ओ की गल, जोरा फोन नहीं चकदा ओए। ओ भाई जी बाहर गया भाई जी, काम जरूरी जी। आजकल ओनू बहुत जरूरी काम होण लग गए। तबादले वेले मैं थोड़े ना खड़ा नहीं हो सकया, दिलों माफी चाहना। नहीं नहीं, माफी वाली तो कोई गल नहीं सेठ साहब। दरअसल गुस्सा तो मैं मेरे महकमे दे ही है, जिन्हें वो तेजे ड्राइवर वर्गे फुद्दू जे बंदे खातर मेरी बलि देती। सिस्टम नू तुसी मेरे नालों बेहतर समझते हो, ताही ता शतरंज खेड़ रहे हैं। चाल चलो सरदार जी, तेजे ड्राइवर नू सिव्यां दे राह पाउंदी, आपां उन्नू ओदे हथियार हत्थों ही मरवावांगे। तारे मुल ताकि चैल पुखते अपने हक च। फिर ऐतकी कोई कच ना रह जे लाला जी। असी कोई कच छड़ना भी नहीं लाला जी। राजनीति बेशक सानू घट आउंदी होवे पर लड़ना असी बहुत चंगी तरह जानते हैं। सही कहा काका जी, ताई तो थोड़े नाल हाथ मिलाया। अजकल राजनीति च विचार घट ते हथियार ज्यादा चलते ने। लाला एक तो तू बोलदा बड़ा ही यार, पतंदरा पता नहीं की खाना है। अपना अपना किता है बाई जी, जिवें किसान दे हल चलदे ने थोड़े हथ चलदे ने, उवें ही मेरी जबान चलदी है। जिहदी जबान चलदी है उहदे तां सत हल चलदे ने लाला जी। आ खरी कही बाई जी तुसीं। हां छोटे भाई, हाल पहुंच गया? हां जी खान साहब। इलेक्शन भी आ रहे हैं और तुम्हें फंड भी देना है, और ये जुबेर ने उठा लिया एक बिल्डर का छोकरा। बोला जोरा भाई के लिए कुछ भी कर सकता हूं। थोड़ा एक कम है
जोरे को चंडीगढ़ च गल्ला करना। ਭੁੱਲੀ ਗਿਆ ਸਾਨੂੰ ਬਠਿੰਡੇ ਵਾਲਿਆਂ ਨੂੰ ਤਾਂ? ਉਹ ਨਹੀਂ ਬਾਈ ਜੀ, ਇਹੋ ਜੀ ਤਾਂ ਕੋਈ ਗੱਲ ਨਹੀਂ, ਦੋ ਚਾਰ ਕੰਮ ਹੀ ਇਹੋ ਜੇ ਸੀ। ਹੋਰ ਤੁਸੀਂ ਸੁਣਾਓ ਕੀ ਹਾਲ ਨੇ ਤੁਹਾਡੇ? ਜਮ ਜਮ ਕਰੋ ਪੁੱਤ, ਕੰਮ ਜਮ ਜਮ ਕੇ ਕਰੋ, ਪਰ ਆ ਬੁੜੇ ਨੂੰ ਨਾ ਭੁੱਲ ਜਿਓ, ਬੁੜਾ ਨੀ ਲੱਭਣਾ ਤੁਹਾਨੂੰ। ਉਹ ਬਾਈ ਜੀ ਤੁਹਾਡਾ ਖਿਆਲ ਤਾਂ ਹਰ ਵੇਲੇ ਰਹਿੰਦਾ, ਬਾਕੀ ਜੇ ਕੋਈ ਕੰਮ ਆ ਤਾਂ ਹੁਕਮ ਲਾਓ। ਕੰਮ ਇੱਕ ਹੈਗਾ, ਆਪਣੀਆਂ ਉਹ ਟਰੱਕ ਯੂਨੀਅਨ ਵਾਲੀਆਂ ਦੁਕਾਨਾਂ ਨੇ ਨਾ, ਉਹਨਾਂ ਦਾ ਰੌਲਾ ਪੈ ਗਿਆ। ਮੈਨੂੰ ਲੱਗਦਾ ਪਰਸੋਂ ਨੂੰ ਡਾਂਗ ਖੜਕੂ ਆਪਣੀ ਕੋਟ ਸ਼ਮੀਰ ਵਾਲਿਆਂ ਨਾਲ। ਤੂੰ ਤੂੰ ਜੇ ਕੱਲ ਨੂੰ ਦੀਪੇ ਹੋਣਾ ਨੂੰ ਮੇਰੇ ਕੋਲੇ ਘੱਲ ਦੇ ਨਾ, ਫਿਰ ਠੀਕ ਹੈ। ਠੀਕ ਹੈ ਬਾਈ ਜੀ, ਪਹੁੰਚ ਜਾਣਗੇ ਕੱਲ ਨੂੰ ਦੀਪੇ ਹੋਣੀ ਤੁਹਾਡੇ ਕੋਲ। ਸਾਰਿਆਂ ਨੂੰ ਹੈ, ਸਾਰਿਆਂ ਨੂੰ ਭੇਜ ਦੇ। ਉਹ ਬਾਈ ਕਿੱਡਾ ਕੰਮ ਹੈ ਇਹ ਯਾਰ, ਦੋ ਦੋ ਚਪੜੇ ਲਾਉਣੇ ਲਾਲਾਂ ਦੇ, ਸੁੱਖਾ ਤੇ ਬਖਤੌਰਾ ਲਾਏ ਹੋਣਗੇ। ਮੈਂ ਤੇ ਬਾਬੂ ਨੇ ਕੱਲ ਨੂੰ ਬਾਲੇ ਜਾਣਾ। ਚਲੋ ਠੀਕ ਆ, ਸੁੱਖੇ ਤੇ ਬਖਤੌਰੇ ਨੂੰ ਬਠਿੰਡੇ ਭੇਜ ਦਿਓ। ਤੁਸੀਂ ਹੋ ਅੰਬਾਲੇ। ਮਾਂ, ਸੁਪਨਿਆਂ ਤੇ ਸਾਹਾਂ ਦੀਆਂ ਗੁੰਝਲਾਂ ਪੈਂਦੀਆਂ ਹੀ ਜਾਂਦੀਆਂ ਨੇ। ਕੋਈ ਗੱਲ ਨੀ ਬੇਟਾ, ਆਪਾਂ ਕੋਈ ਵੀ ਤੰਦ ਟੁੱਟਣ ਨਹੀਂ ਦੇਣੀ। ਅੱਜ ਅਸੀਂ ਦਿਲ ਦੇ ਹੱਥੋਂ ਮਜਬੂਰ ਹਾਂ। ਅਸੀਂ ਦਿਲ ਨੂੰ ਬਹੁਤ ਸਮਝਾਇਆ, ਪਰ ਦਿਲ ਚੰਦਰਾ ਹੈ ਕਿ ਮੰਨਦਾ ਹੀ ਨਹੀਂ। ਅੱਜ ਅਸੀਂ ਆਪਣੇ ਦਿਲ ਦਾ ਗਲਾ ਘੁੱਟ ਕੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅੱਜ ਤੋਂ ਬਾਅਦ ਕਦੇ ਵੀ ਤੰਗ ਨਹੀਂ ਕਰਾਂਗੇ। ਅੱਜ ਤੋਂ ਬਾਅਦ ਕਦੇ ਵੀ ਸਾਡੀ ਮਜਬੂਰੀ ਤੁਹਾਡੀ ਮਗਰੂਰੀ ਦੇ ਰਾਹ ਵਿੱਚ ਨਹੀਂ ਆਵੇਗੀ। ਬਸ ਅੱਜ ਆਖਰੀ ਵਾਰ ਸਾਡੀ ਰੂਹ ਸਜਦਾ ਕਰਨ ਦੀ ਇਜਾਜ਼ਤ ਚਾਹੁੰਦੀ ਹੈ। ਤੁਸੀਂ ਤਾਂ ਕਹਿ ਰਹੇ ਸੀ ਕੱਲ ਹੋਊਗਾ।
बाबू मैं बठिंडे जा रहा पुलिस मेरा राह ना रोके मैनू सारा तो पता नहीं बाई जी पर जिदे यूपी जाना सी उदे सारी गल मिथी हुई सी जी मैनू वो फोन भी तेजे बाई दे ही आया सी जी उस कुड़ी नू जोरे बाई दे नंबर भी
ਮੈਂ ਹੀ ਦਿੱਤਾ ਸੀ ਜੀ। ਰਾਵੀ ਰਾਵੀ ਜਗਵੀਰ ਸਿੰਘ ਨਾ ਹੈ ਸਾਡਾ। ਤੁਹਾਡਾ ਇੱਕ ਕੰਮ ਹੈ ਚੋਰੇ ਨੂੰ ਚੰਡੀਗੜ੍ਹ ਚ ਇਕੱਲਾ ਕਰਨਾ। ਸੋ ਤੂੰ ਅੱਜ ਹੀ ਉਹਨੂੰ ਇੱਕ ਵਾਰੀ ਬਾਹਰ ਲੈ ਗਿਆ, ਨਾਲੇ ਪਤਾ ਲੱਗ ਜੂ ਤੇਰੇ ਤੇ ਕਿੰਨਾ ਕੁ ਤਿਜਦਾ ਹੈ। ਬਾਈ ਫੁੱਫੜ ਦਾ ਯੂਪੀ ਹੈ। ਤੁਹਾਨੂੰ ਪਤਾ ਹੀ ਆ ਖਾਨ ਸਾਹਿਬ ਮੈਂ ਤੁਹਾਨੂੰ ਫੋਨ ਕਿਉਂ ਕੀਤਾ। ਛੋਟੇ ਭਾਈ ਮੈਂ ਵੀ ਇਹੀ ਕਹਿਣੇ ਵਾਲਾ ਥਾ ਕਿ ਤੂੰ ਮੁਝਸੇ ਵੋ ਬਾਤ ਕਿਉਂ ਪੁੱਛ ਰਹਾ ਹੈ ਜੋ ਤੂੰ ਪਹਿਲੇ ਸੇ ਹੀ ਜਾਣਦਾ ਹੈ। ਜਾਣਤੇ ਵਾਰ ਕਰਨ ਵਾਲਿਆਂ ਦੀ ਜਾਨ ਲੈਂਦੇ ਜਿਹੜੇ ਸੋਚੀ ਪੈ ਜਾਂਦੇ ਨੇ ਉਹ ਸਾਧੂ ਇਹ ਖਵਾਉਂਦੇ ਆ, ਉਹ ਯੋਧੇ ਨਹੀਂ ਹੁੰਦੇ। मुसलमान का ईमान जाएगा, ये सारा धंधा ही ऐसा है। या तो ईमान सलामत रहता है या इश्क। तुमने और तेजा भाई दोनों ने मुझ पे यकीन किया है, फैसला मुझ पे है। किसके यकीन का पास रखता हूं मौला। तौफीक अता कर। ਬੜੀ ਕੁੱਤੀ ਜ਼ਿੰਦਗੀ ਆ ਆਪਣੀ। ਦੁਨੀਆ ਕਾਹਦੀ ਆ? ਦੁਨੀਆ ਨਹੀਂ, ਜੰਗਲ। ਕਿਹੜੀ ਬਾੜ ਚੋਂ ਕਿਹੜਾ ਜਾਨਵਰ ਨਿਕਲ ਕੇ ਕਦੋਂ ਕਿਹਨੂੰ ਖਾ ਜਾਵੇ ਕੁਛ ਨੀ ਪਤਾ। ਨਜ਼ਾਲਾ ਗਿੱਦੜ ਮਾਣ ਹੈ ਨਾ, ਨਾ ਸ਼ੇਰ ਮਾਣ ਹੈ, ਜੰਗਲ ਹੈ ਸਾਰਾ ਸਾਰਾ। ਤੂੰ ਠੀਕ ਕਹਿਣਾ ਭਾਈ, ਜਦੋਂ ਮਾਂ ਮਰੀ ਸੀ ਨਾ ਉਸ ਦਿਨ ਜੰਗਲ ਮੇਰੇ ਅੰਦਰ ਵੀ ਉੱਕਿਆ ਸੀ। ਤੇ ਸਭ ਤੋਂ ਪਹਿਲਾਂ ਇਸ ਜੰਗਲ ਚ ਉਹ ਜਵਾਕ ਮਰਿਆ ਜਿਹਦੇ ਹਾਸੇ ਪਤੰਗਾਂ ਜਿੰਨੇ ਉੱਚੇ ਉੱਡਦੇ ਸੀ। ਫਿਰ ਉਸ ਜਵਾਕ ਦਾ ਉਦਰਿੰਦਾ ਪਿਓ ਮਰਿਆ, ਫਿਰ ਉਹ ਸ਼ੇਰਾ ਮਰਿਆ, ਬਾਬੂ ਮਰ ਗਿਆ, ਰਾਵੀ ਮਰ ਗਈ,
ਤੇ ਪਤਾ ਨਹੀਂ ਹੁਣ ਹੋਰ ਕਿਹਨੇ ਕਿਹਨੇ ਮਰਨਾ। ਤੂੰ ਠੀਕ ਹੈ ਨਾ ਬਾਈ? ਪਤਾ ਨਹੀਂ ਲੱਗਿਆ ਪੁੱਤ, ਸੌ ਲੱਗੇ। ਇਹ ਜ਼ਿੰਦਗੀ ਸਾਲੀ ਕਦੋਂ ਜੰਗਲ ਬਣ ਗਈ ਤੇ ਅਸੀਂ ਜਾਨਵਰ। ਪਤਾ ਨਹੀਂ ਲੱਗਿਆ। ਸ਼ਰਤ, ਮੈਂ ਬਦਲਦੀ ਹੋਏ ਸਾਡੀ ਦੇਹੀ ਦੇਹੀ ਪਲਟਦੀ ਦੇਹੀ ਤੂੰ ਮੇਰਾ ਇਡਰਾ, ਤੂੰ ਮੇਰਾ ਪੁੱਤ ਹੈ, ਤੂੰ ਰੋਇਆ ਨਾ ਕਰ। ਤੂੰ ਮੇਰਾ ਮੇਰਾ ਕੌਣ ਹੈ ਜੋਰੇ ਤੇਰੇ ਬਿਨਾ? ਪੁੱਤ ਕੋਈ ਨੀ, ਕੋਈ ਨੀ ਮੇਰਾ। ਮੈਂ ਕਾਹਨੂੰ ਰੋਨਾ ਬਾਈ? ਇਹ ਤਾਂ ਉਹ ਜਵਾਕ ਫੇਰ ਜਿਉਂਦਾ ਹੋ ਗਿਆ। ਉਹ ਰੋਂਦਾ, ਉਹ ਰੋਂਦਾ ਬਾਈ, ਜਿਹਨੇ ਪਹਿਲੀ ਵਾਰੀ ਤੈਨੂੰ ਦਾਣਾ ਮੰਡੀ ਚ ਦੇਖਿਆ ਸੀ। ਅਸਲ ਪਿਓਆ ਤੂੰ ਮੇਰਾ, ਅਸਲ ਪਿਓਆ ਬਾਈ। ਜੋਰਾ ਬੋਲਾ, ਮੇਰਾ ਪੁੱਤ ਹੈ ਤੂੰ, ਪਰ ਇਸ ਜੰਗਲ ਚ ਤੇਰੇ ਤੋਂ ਵਿਛੜਨਾ ਬਹੁਤ ਔਖਾ। ਆ ਮੇਰਾ ਪੁੱਤ ਤੂੰ, ਅਸਲ ਪਿਓ ਆ ਤੂੰ ਮੇਰਾ। ਬਹੁਤ ਔਖਾ ਬਾਈ, ਅਸਲ ਪਿਓ ਆ ਤੂੰ ਮੇਰਾ। ਲਿਖਿਆ ਸੀ, ਉਹਦਾ ਨਹੀਂ ਹੋਇਆ, ਇਹਦਾ ਹੋ ਗਿਆ।
ਸਰਦਾਰੀਆਂ ਜਾਣ ਦੇ ਕੇ ਯਾਰਾ।